Thank you.
ਵਾਹਿਗੁਰੂ ਸਤਨਾਮ ਡੰਡੋਤ ਵੰਦਨ ਅਨਕ ਵਾਰ ਸਰਵ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਮੈਂ ਗਰੀਬ ਸੱਚ ਟੇਕ ਤੋਂ ਮੇਰੇ ਸਤਿਗੁਰ ਪੂਰੇ ਦੇਖ ਤੁਮਾਰਾ ਦਰਸ਼ਨ ਮੇਰਾ ਮਨ ਤੀਰੇ ਮਿਹਰਬਾਨ 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 ਰੱਖੇਗਾ ਸਿਰਜਣਹਾਰ ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ ਸਾਹਿਬ ਮੇਰਾ ਜੀ ਮਿਹਰਬਾਨ ਸਾਹਿਬ ਮੇਰਾ ਜੀ ਮਿਹਰਬਾਨ Thank you.
ਕੁਦਰਤ ਕੀਮ ਨਾ ਜਾਣੀਐ ਵੱਡਾ ਵੇ ਪਰਵਾਹ ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹ ਤੂੰ ਸਮਰੱਥ ਕਥ ਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕੀ ਅਰਦਾਸ ਮਿਹਰਬਾਨ 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 ਸਾਹਿਬ ਛੱਡ ਕੇ ਜੋ ਮਨੁੱਖਾ ਦੇ ਦਾ ਲਕਸ਼ ਹੈ, ਜੋ ਫਰਜ਼ ਹੈ, ਜਿਸ ਵਾਸਤੇ ਮਨੁੱਖਾ ਦੇ ਮਿਲੀ ਹੈ ਇਨਸਾਨ ਨੂੰ, ਰੂਹ ਨੂੰ ਉਸਨੂੰ ਮੱਦੇ ਰੱਖਦੇ ਹੋਏ ਗੁਰੂ ਸਾਹਿਬ ਦੀ ਹਜ਼ੂਰੀ 'ਚ ਪਹੁੰਚੇ ਹਾਂ। ਆਓ ਆਪਣੇ ਸਤਿਗੁਰੂ ਨੂੰ ਸ਼ਰਧਾ ਦੇ ਨਾਲ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ, ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਜਿਸ ਵਾਸਤੇ ਗੁਰੂ ਦੀ ਹਜ਼ੂਰੀ 'ਚ ਪਹੁੰਚੇ ਹਾਂ, ਉਹ ਸਾਡਾ ਕੀ ਫਰਜ਼ ਹੈ? ਇਹ ਜਿਹੜੀ ਰੂਹ ਹੈ ਨਾ, ਜਿਹਨੂੰ ਜੀਵ ਆਤਮਾ ਕਹਿੰਦੇ ਨੇ, ਸੋਲ ਵੀ ਕਹਿੰਦੇ ਨੇ ਇਹਨੂੰ, ਇਹ ਪਰਮੇਸ਼ਰ ਤੋਂ ਵਿਛੜ ਕੇ ਇਹ ਤਰਜੂਨੀਆਂ ਦੇ ਵਿੱਚ ਭੜਕਦੀ ਫਿਰਦੀ ਹੈ। ਪਤਾ ਨਹੀਂ ਕਦੋਂ ਕੁ ਰੱਬ ਤੋਂ ਵਿਛੜੀ ਹੈ ਇਹ, ਗਲਤੀ ਕਰਕੇ ਇਸ ਨੂੰ ਕੋਈ ਜਾਣ ਨਹੀਂ ਸਕਦਾ ਹੈ। ਆਓ ਗੁਰੂ ਦੀ ਹਜ਼ੂਰੀ 'ਚ ਆ ਕੇ ਆਪਾਂ ਨੇ ਇਹੀ ਵਿਚਾਰ ਕਰਨੀ ਹੈ ਵੀ ਇਹ ਜਿਹੜੀ ਵਿਛੜੀ ਹੋਈ ਰੂਹ ਪਰਮੇਸ਼ਰ ਨੂੰ ਕਿਵੇਂ ਮਿਲੇਗੀ। ਇੱਥੇ ਮਿਲਣ ਦਾ ਉਪਾਅ ਗੁਰੂ ਸਾਹਿਬ ਜੀ ਦੱਸਣਗੇ ਵੀ ਇਸ ਤਰ੍ਹਾਂ ਉਪਾਅ, ਆਪੋ ਆਪਣੇ ਮਤਾਂ ਅਨੁਸਾਰ ਪਹਿਲਾਂ ਗੁਰੂ ਵਾਲਾ ਬਣਨਾ ਪਵੇਗਾ।
ਜਿਹੜਾ ਗੁਰੂ ਵਾਲਾ ਨਹੀਂ ਬਣਿਆ ਭਾਵੇਂ ਸੱਤਾਂ ਵਲੈਤਾਂ ਦਾ ਬਾਦਸ਼ਾਹ, ਉਹ ਪਰਮੇਸ਼ਰ ਦੇ ਦੇਸ਼ ਚ ਨਹੀਂ ਜਾ ਸਕਦਾ ਹੈ। ਬਸ ਹੋਰ ਦੁਨੀਆਂ ਦੇ ਦੇਸ਼ਾਂ ਦੇ ਵਿੱਚ ਜਾਵੇਗਾ। ਇੱਕ ਘੱਟ 84 ਲੱਖ ਦੁਨੀਆ ਦੇਖ ਲਓ ਇਨਸਾਨ ਤੋਂ ਬਗੈਰ। ਹੁਣ ਆਪਣੀ ਜਿਹੜੀ ਰੂਹ ਹੈ ਇਹ ਇਨਸਾਨੀ ਦੁਨੀਆ ਦੇ ਵਿੱਚ ਆਈ ਹੋਈ ਹੈ, ਜਦ ਇਹਦੇ ਚੋਂ ਨਿਕਲ ਗਈ, ਜੇ ਤਾਂ ਇਹ ਗੁਰੂ ਵਾਲਾ ਤਾਂ ਮਨੁੱਖਾ ਦੇ ਮਿਲੇਗੀ, ਜੇ ਨਗੁਰਾ ਤਾਂ ਫਿਰ ਇਹ ਤਰਜੂਨੀਆਂ 'ਚ ਜਾਵੇਗਾ ਜਿਹੜੀਆਂ ਰੂੜੀਆਂ 'ਤੇ ਫਿਰਦੇ ਨੇ, ਸੂਰ ਆਦਿ ਹੋਰ ਬਹੁਤ ਯੂਨੀਆਂ ਨੇ। ਆਓ ਪ੍ਰੇਮ ਨਾਲ ਬੈਠ ਜਾਓ। ਫੇਰ ਇਹ ਜਿਹੜੀ ਰੂਹ ਹੈ ਇਹਨੂੰ ਮਨੁੱਖਾ ਦੇ ਨਹੀਂ ਮਿਲੇਗੀ। ਅਬ ਮਿਲੀ ਹੋਈ ਹੈ, ਇਸ ਤੋਂ ਉਪਾਅ ਕਰਨਾ ਚਾਹੀਦਾ ਕੋਈ ਨਾ ਕੋਈ। ਗੁਰੂ ਸਾਹਿਬ ਜੀ ਆਪਾਂ ਨੂੰ ਚੇਤਾਵਨੀ ਕਰਾਉਂਦੇ ਨੇ ਵੀ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ। ਇੰਨਿਆਂ ਯੁੱਗਾਂ ਦੇ ਵਿੱਚ ਫਿਰਦਾ ਕੌਣ ਆਇਆ? ਇਹ ਜਿਹੜਾ ਸਰੀਰ ਹੈ ਇਹਦੀ ਤਾਂ 100 ਸਾਲ ਦੀ ਉਮਰ ਹੈ, ਕਲਯੁੱਗ ਦੇ ਵਿੱਚ 100 ਸਾਲ ਦੀ ਹੈ ਇਹ ਵੀ ਪਤਾ ਨਹੀਂ, ਖਬਰ ਨਹੀਂ। ਗੁਰੂ ਸਾਹਿਬ ਨੇ ਤਾਂ ਕੋਈ ਲਿਮਿਟ ਨਹੀਂ ਰੱਖੀ ਇਸਦੀ ਮਨਿਆਦ, ਨਾ ਬਾਰਕ ਨਾ ਜੋਵਨਾ ਨਾ ਵਿਰਦੀ ਕਸ਼ਵੰਦ, ਉਹ ਵੇਲਾ ਨਾ ਬੂਝਿਆ ਜਾਵਾ ਪਰੇ ਜਮ ਫੰਦ। ਆਹ ਪਤਾ ਨਹੀਂ ਕਦ ਸਾਹ ਨਿਕਲ ਜਾਣਾ ਇਸਦੇ ਵਿੱਚੋਂ। 100 ਸਾਲ ਦੀ ਉਮਰ ਹੈ ਸਰੀਰ ਦੀ, ਜਿਹੜੀ ਰੂਹ ਹੈ ਜਿਹੜਾ ਜੀਵ ਆਤਮਾ ਇਹਦੀ ਕਹਿੰਦੇ ਉਮਰ ਨਹੀਂ ਹੈ। ਉਮਰ ਇਹਦੀ ਕਿਉਂ ਨਹੀਂ? ਇਹ ਪਰਮੇਸ਼ਰ ਤੋਂ ਵਿਛੜਿਆ, ਪਰਮੇਸ਼ਰ ਦੀ ਵੀ ਕੋਈ ਉਮਰ ਨਹੀਂ ਹੈ, ਉਹ ਵੀ ਸਦੀਵੀ ਹੈ। ਹੋਰ ਜਿਤਨੇ ਪਦਾਰਥ ਨੇ ਸਾਰੇ ਪ੍ਰਣਾਮੀ ਨੇ, ਤਬਦੀਲੀ ਪਜੀਰ ਨੇ, ਬਿਣ ਸਜਾਣਗੇ, ਕਦੇ ਕਹੇ ਜੇ ਹੋ ਜਾਂਦੇ ਨੇ, ਕਦੇ ਕਹੇ ਜੇ ਹੋ ਜਾਂਦੇ ਨੇ। ਆਹ ਇਹਨਾਂ ਦਾ ਕੋਈ ਮਨਿਆਦ ਨਹੀਂ। ਇਹ ਜਿਹੜੀ ਰੂਹ ਹੈ ਇਹਨੇ ਮਰਨਾ ਨਹੀਂ। ਗੁਰੂ ਸਾਹਿਬ ਕਹਿੰਦੇ ਆਏ ਰੂਹ ਸਰੀਰ ਦੇ ਸੰਬੰਧ ਕਰਕੇ ਉਪਦੇਸ਼ ਹੈ ਇਸ ਨੂੰ। ਹੋਰ ਜੂਨੀਆਂ ਦੇ ਵਿੱਚ ਤਾਂ ਇਸ ਨੂੰ ਉਪਦੇਸ਼ ਵੀ ਨਹੀਂ ਹੈ, ਉਹ ਤਾਂ ਐਟੋਮੈਟਿਕ ਨੇ। ਬਸ ਉਹਨਾਂ ਦੇ ਵਿੱਚ ਤਾਂ ਇਸਨੇ ਇੱਕ ਜਿੰਨੀ ਉਮਰ ਆ ਕੱਟਣੀ ਹੈ, ਰੂਹ ਨੇ ਦੂਈ 'ਚ ਬਦਲ ਜੂਗੀ। ਇੱਕੋ ਇੱਕ ਇਨਸਾਨ ਹੈ ਇਹਦੇ ਵਿੱਚ ਜਿਹੜੀ ਰੂਹ ਆਈ ਹੋਈ ਹੈ ਜਿਹਨੂੰ ਜੀਵ ਆਤਮਾ ਕਹਿੰਦੇ ਹਾਂ, ਇਸ ਨੂੰ ਉਪਦੇਸ਼ ਹੈ। ਐ ਰੂਹ ਤੂੰ ਬਹੁਤ ਯੁੱਗਾਂ ਦੇ ਵਿੱਚ ਘੁੰਮਦੀ ਹੋਈ ਮਨੁੱਖਾ ਦੇ ਨੂੰ ਪ੍ਰਾਪਤ ਹੋਗੀ, ਤੂੰ ਆਪਣੇ ਕੇਂਦਰ ਨੂੰ ਮਿਲਣ ਦਾ ਕੋਸ਼ਿਸ਼ ਕਰ। ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾ ਨਹੀਂ। ਇੱਕੋ ਇੱਕ ਮਨੁੱਖਾ ਦੇ ਹੈ ਜਿਹਦੇ ਵਿੱਚ ਜੀਵ ਆਤਮਾ ਪਰਮੇਸ਼ਵਰ ਨੂੰ ਮਿਲ ਸਕਦਾ, ਹੋਰ ਕਿਸੇ ਜੂਨੀ ਦੇ ਵਿੱਚ ਅਧਿਕਾਰ ਹੀ ਨਹੀਂ ਹੈ ਪਰਮੇਸ਼ਵਰ ਨੂੰ ਮਿਲਣ ਦਾ। ਆਓ, ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਹੋਇਆ ਕਲਯੁੱਗ ਦੇ ਵਿੱਚ, 7 ਦੀਪਾਂ ਨਵਾਂ ਖੰਡਾਂ ਦੇ ਵਿੱਚ ਹਰ ਇੱਕ ਪ੍ਰਾਣੀ ਮਾਤਰ ਨੂੰ ਜਣਾਇਆ ਵੀ ਤੈਨੂੰ ਮਨੁੱਖਾਂ ਦੇ ਕਾਹਦੇ ਵਾਸਤੇ ਮਿਲੀ। ਅਵਤਾਰ ਬਹੁਤ ਹੋਏ ਨੇ ਮੱਤਾਂ ਦੇ ਵਿੱਚ, ਕਿਸੇ ਨੇ ਸਾਰਿਆਂ ਨੂੰ ਨਹੀਂ ਜਣਾਇਆ ਵੀ ਮਨੁੱਖਾਂ ਦੇ ਤੈਨੂੰ ਕਾਹਦੇ ਵਾਸਤੇ ਮਿਲੀ ਹੈ। 16 ਕੁਲ ਪਕੰਬਰ ਮੰਨਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, 16 ਕੁਲ ਸਭ ਦਾ ਭਲਾ ਚਾਹਿਆ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚਾਹਿਆ। ਅਨਮਤਾਂ ਦੇ ਵਿੱਚ ਵੀ ਅਵਤਾਰ ਬਹੁਤ ਹੋਏ ਨੇ। ਅਰਦਾਸੇ ਦੇ ਵਿੱਚ ਆਪਾਂ ਅਰਦਾਸ ਦੇ ਵਿੱਚ ਕਹਿੰਦੇ ਹਾਂ ਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ। ਮੰਗਿਆ ਕਿਸੇ ਨੇ ਸਰਬੱਤ ਦਾ ਭਲਾ ਨਹੀਂ, ਸਰਬੱਤ ਦਾ ਭਲਾ ਉਹੀ ਮੰਗੇਗਾ ਜਿਹੜਾ ਆਤਮਦਰਸ਼ੀ ਹੋਵੇਗਾ। 3 ਹਿੱਸਿਆਂ ਦੇ ਵਿੱਚ ਬੋਲਿਓ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੈਂ ਜਿਵੇਂ ਜਣਾਇਆ, ਰਾਜਿਆਂ ਰਾਣਿਆਂ ਨੂੰ ਵੀ ਜਣਾਇਆ ਵੀ ਰਾਜ ਇਉਂ ਕਰੀਦਾ ਹੁੰਦਾ,
ਗਰੀਬਾਂ ਦਾ ਲਹੂ ਨਹੀਂ ਪੀਦਾ ਹੁੰਦਾ। ਆ ਜਿਹੜਾ ਤੁਸੀਂ ਗਰੀਬਾਂ ਦਾ ਲਹੂ ਨਿਚੋੜ ਕੇ ਪੀਂਦੇ ਹੋ, ਨਿਆਣਿਆਂ ਦਾ ਤੁਹਾਨੂੰ ਦੇਣਾ ਪਵੇਗਾ। ਇਹ ਤਾਂ ਮਾਸੂਮ ਬੱਚਿਆਂ ਦਾ ਲਹੂ ਕਿਸ ਤਰ੍ਹਾਂ ਇਹਦਾ ਚਲਿਆ ਜਾਵੇਗਾ। ਰਾਜੇ ਚੁਲੀ ਨਿਆਂ ਕੀ, ਰਾਜੇ ਦਾ ਤਾਂ ਫਰਜ਼ ਹੁੰਦਾ ਇਨਸਾਫ ਕਰਨਾ। ਜੇ ਇਨਸਾਫ ਨਹੀਂ ਕਰੇਗਾ ਤਾਂ ਦੇਣਦਾਰ ਹੈ ਫਿਰ, ਕੋਈ ਅਵੇ ਨਹੀਂ ਵੀ ਹੁਣੇ ਹੀ ਹੈ। ਨਹੀਂ, ਤੁਸੀਂ ਪਿੱਛੇ ਯੁੱਗਾਂ 'ਤੇ ਨਿਗਾਹ ਮਾਰ ਕੇ ਦੇਖ ਲਓ, ਜਿਹਨੇ ਜਿਹਨੇ ਜ਼ੁਲਮ ਕਰਿਆ ਉਹਨੂੰ ਦੇਣਾ ਪਿਆ ਕਰੋ। ਆਓ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਰਬੱਤ ਦਾ ਪਲਾ ਮੰਗਿਆ, ਸਰਬੱਤ ਨੂੰ ਇਹ ਜਣਾਇਆ ਵੀ ਤੈਨੂੰ ਮਨੁੱਖਾਂ ਦੇ ਇਸ ਵਾਸਤੇ ਮਿਲੀ ਹੈ, ਆ ਜਿਹੜੇ ਤੂੰ ਪਖੰਡ ਜਾਂ ਠੱਗੀਆਂ ਬੱਗੀਆਂ ਕਰਦਾ ਹੈ ਇਹਦਾ ਤਾਂ ਵਜਾਨਾ ਤੈਨੂੰ ਦੇਣਾ ਪਵੇਗਾ। ਆਓ, ਤਿੰਨ ਹਿੱਸਿਆਂ ਦੇ ਵਿੱਚ ਬੋਲਿਓ। ਪਹਿਲਾਂ ਜਥਾ ਬੋਲੇਗਾ, ਫਿਰ ਸਾਰੇ ਭਾਈ, ਫਿਰ ਸਾਰੀਆਂ ਬੀਬੀਆਂ ਗੱਜ ਵੱਜ ਕੇ ਪੜੋ ਪ੍ਰੇਮ ਦੇ ਨਾਲ। ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ, ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ, ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ, ਤੇਰੇ ਭਾਣੇ ਸਰਬੱਤ ਸਾਧ ਬੈਠੇ ਸਨ ਪਖੰਡੀ, ਜਿਸ ਵਾਸਤੇ ਮਨੁੱਖਾਂ ਦੇ ਮਿਲੀ ਉਹ ਦੂਰ ਰਹੇਗੀ ਗੱਲ। ਦੁਨੀਆਂ ਦੇ ਪਦਾਰਥਾਂ ਦੇ ਵਿੱਚ ਫਸ ਗਏ, ਉਪਮਾ ਦੇ ਵਿੱਚ, ਜਾਂ ਹੋਰ ਜਿਹੜੇ ਰਾਜੇ ਲੋਕ ਸਨ ਜਿਨ੍ਹਾਂ ਦਾ ਫਰਜ਼ ਸੀ ਰਿਆ ਨੂੰ, ਆਪਣੀ ਪਰਜਾ ਨੂੰ ਸੁੱਖ ਦੇਣਾ, ਉਸੇ ਨੂੰ ਹੀ ਪੀੜਨ ਲੱਗ ਗਏ। ਉਹਨਾਂ ਨੂੰ ਵੀ ਜਣਾਇਆ ਜਾ ਕੇ
ਬਾਬਰ ਨੂੰ ਕਹਿੰਦੇ ਆ ਬਾਬਰ ਤੂੰ ਤਾਂ ਜਾਵਰ ਹੈ, ਜਾਵਰ ਦੁਸ਼ਟ ਨੂੰ ਕਹਿੰਦੇ ਨੇ ਜਾਵਰ। ਹਕੂਮਤ ਤਾਂ ਤੈਨੂੰ ਮਿਲ ਗਈ ਪਰ ਤੈਨੂੰ ਕਰਨੀ ਨੀ ਆਉਂਦੀ ਹੈ, ਬੜੋ ਪ੍ਰੇਮ ਨਾਲ ਹਾਕਮ ਸੁਦਾਉਣਾ ਤੂੰ ਹਕੂਮਤ ਨਾ ਕਰਨੀ ਆਵੇ, ਹਾਕਮ ਸੁਦਾਉਣਾ ਤੂੰ ਹਕੂਮਤ ਨਾ ਕਰਨੀ ਆਵੇ, ਦੱਸ ਦਿੱਤਾ ਬਈ ਤੈਨੂੰ ਮਨੁੱਖਾਂ ਦੇ ਕਾਹਦੇ ਵਾਸਤੇ ਮਿਲੀ ਹੈ। ਹੋਰ ਜਿਹੜੇ ਪਖੰਡ ਕਰਦੇ ਸਨ ਹਰ ਇੱਕ ਤੀਰਥਾਂ ਤੇ ਜਾ ਕੇ ਵੀ ਤੀਰਥ ਕਰਨ ਦਾ ਤਰੀਕਾ ਕੀ ਹੈ, ਦੁਨੀਆਂ ਤਾਂ ਦੇਖੋ ਦੇਖੀ ਲੱਗੀ ਪਈ ਹੈ, ਪਾਣੀ ਚ ਮਦਾਣੀ ਪਾਈ ਹੋਈ ਹੈ ਲੋਕਾਂ ਦੀ ਪਾਣੀ ਚ, ਚਾਹੇ ਸਾਰੀ ਉਮਰ ਚਾਹੇ ਹਜ਼ਾਰਾਂ ਸਾਲ ਪਾਣੀ ਨੂੰ ਰਿੜਕੀ ਜਾਓ ਕਦੇ ਮੱਖਣੀ ਨਹੀਂ ਨਿਕਲਣੀ ਹੈ। ਮੱਖਣੀ ਤਾਂ ਤਦ ਨਿਕਲੇਗੀ ਜਦ ਦੁੱਧ ਦੇ ਵਿੱਚ ਮਧਾਣੀ ਪਵੇਗੀ। ਦੁੱਧ ਕੀ ਹੈ? ਨਾਮ। ਬਰੰਗ ਸਾਧਨ ਕਰਦੇ ਲੋਕ ਪਖੰਡ, ਔਰ ਇਸ ਤਰ੍ਹਾਂ ਸਾਰਿਆਂ ਨੂੰ ਮਹਾਰਾਜ ਜੀ ਨੇ ਜੜਾਇਆ ਵੀ ਇਹ ਜਿਹੜਾ ਤੁਹਾਡਾ ਰਵੀਰ ਆ ਇਹ ਠੀਕ ਨਹੀਂ ਹੈ, ਮਨੁੱਖਾ ਦੇ ਦਾ ਇਹ ਫਰਜ਼ ਨਹੀਂ ਹੈ ਪਖੰਡ ਕਰਨਾ। ਆਓ ਇਸ ਤਰ੍ਹਾਂ ਦੇ ਨਾਲ ਫਿਰਦੇ ਫਿਰਦੇ ਮਹਾਰਾਜ ਜੀ ਇੱਕ ਸ਼ਹਿਰ ਬਰਮ ਗਿਆਨੀਆਂ ਦਾ ਸੀ, ਲਿਖਿਆ ਹੋਇਆ ਨਾ ਸਾਰਾ ਗ੍ਰੰਥਾਂ ਦੇ ਵਿੱਚ ਵੀ ਬਰਮ ਗਿਆਨ ਆਇਆ ਹੁੰਦਾ। ਉਹ ਜਿਹੜੇ ਪੜ੍ਹੇ ਲਿਖੇ ਨੇ ਨਾ ਫਿਰ ਉਹ ਉਸ ਨੂੰ ਪੜ੍ਹ ਕੇ ਤੇ ਬਰਮ ਗਿਆਨੀ ਕਹਿਣ ਲੱਗ ਜਾਂਦੇ ਨੇ, ਅਸੀਂ ਬਰਮ ਗਿਆਨੀ।
ਗੁਰੂ ਨਾਨਕ ਦੇਵ ਮਹਾਰਾਜ ਨੇ ਸੋਚਿਆ ਵੀ ਇਹਨਾਂ ਨੂੰ ਜਣਾ ਦੀਏ ਬ੍ਰਹਮ ਗਿਆਨੀ ਕਿਹਾ ਜਾ ਹੁੰਦਾ। ਬ੍ਰਹਮ ਗਿਆਨੀ ਦੇ ਕੀ ਲਕਸ਼ ਹੁੰਦੇ ਨੇ, ਬ੍ਰਹਮ ਗਿਆਨੀ ਦੇ ਵਿੱਚ ਤਾਕਤ ਕੀ ਹੁੰਦੀ ਹੈ, ਬ੍ਰਹਮ ਗਿਆਨੀ ਦੇ ਲੱਛਣ ਗੁਰੂ ਸਾਹਿਬ ਨੇ ਸੁਖਮਨੀ ਸਾਹਿਬ ਦੇ ਵਿੱਚ ਲਿਖੇ ਨੇ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵਿਖ ਕਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕੋ ਪੁਰਖ ਕਹੀਐ ਜੀਵਨ ਮੁਕਤ। ਗੁਰੂ ਸਾਹਿਬ ਨੇ ਫੈਸਲਾ ਕਰ ਦਿੱਤਾ ਨਾ, ਲੈ ਹੁਣ ਆਪਾਂ ਆਪਣੇ ਮਨਾਂ ਕਨੀ ਝਾਤੀਆਂ ਮਾਰ ਕੇ ਦੇਖੀਏ ਵੀ ਆਹ ਸਾਡੇ 'ਤੇ ਵਿਵਸਥਾ ਲਾਗੂ ਹੈ, ਤਦ ਅਸੀਂ ਬ੍ਰਹਮ ਗਿਆਨੀ ਹੈ, ਜੇ ਨਹੀਂ ਤਾਂ ਫਿਰ ਕਹੋ ਤੋ ਹੈ। ਦੱਸੋ ਬ੍ਰਹਮ ਗਿਆਨੀ ਨੂੰ ਕਹਿੰਦੇ ਅੰਮ੍ਰਿਤ ਅਰਬਿਓ ਇੱਕੋ ਜੀ ਹੈ ਕਿ ਆਪਾਂ ਵੀ ਉਹ ਪੀ ਲਾਂਗੇ, ਨਹੀਂ ਪੀ ਸਕਦੇ ਮਰ ਜਾਂਗੇ। ਉਹ ਇਸ ਤਰ੍ਹਾਂ ਨਾਲ ਦ੍ਰਿਸ਼ਟਾਂਤ ਵੀ ਨੇ ਬਹੁਤ, ਸਾਡੀ ਸੰਪਰਦਾ ਦੇ ਵਿੱਚ ਬਹੁਤ ਵੱਡੇ ਵੱਡੇ ਬ੍ਰਹਮ ਗਿਆਨੀ ਸਿੱਖ ਹੋਏ ਨੇ। ਬਾਬਾ ਵੀਰ ਸਿੰਘ ਮਹਾਰਾਜ ਨਿਰੰਗਾਬਾਦ ਵਾਲੇ, ਉਹਨਾਂ ਤੋਂ ਭਰੋਸਾ ਹੋਏ ਬਾਬਾ ਖਦਾ ਸਿੰਘ ਮਹਾਰਾਜ ਜੀ ਹੋਏ ਨੇ, ਤੇ ਇੱਕ ਬਾਬਾ ਮਹਾਰਾਜ ਸਿੰਘ ਜੀ ਹੋਏ ਨੇ, ਦੋ। ਇਸ ਤਰ੍ਹਾਂ ਦੇ ਨਾਲ ਉਹਨਾਂ ਦੇ ਉੱਤੇ ਗੱਲਾਂ ਘਟਦੀਆਂ ਹੁੰਦੀਆਂ ਸਨ। ਖੁਦਾ ਸਿੰਘ ਉਹਨਾਂ ਦਾ ਨਾਮ ਕਿਵੇਂ ਪਿਆ ਸੀ, ਉਹ ਪਠਾਣੀ ਇਲਾਕੇ ਦੇ ਵਿੱਚ ਚਲੇ ਗਏ, ਪਠਾਣ ਦੇਸ਼ ਦੇ ਵਿੱਚ ਮਸਜਿਦ ਦੇ ਵਿੱਚ ਜਾ ਕੇ ਬੈਠ ਗਏ, ਸ਼ਾਹੀ ਮਸਜਿਦ ਸੀ ਤੇ ਲਿਬਾਸ ਸੀ ਉਹਨਾਂ ਦਾ ਹਿੰਦੂਆਂ ਵਾਲਾ, ਸਹਿਜਧਾਰੀ ਸਿੱਖ ਹੁੰਦੇ ਸਨ। ਜਦ ਜਿਹੜੇ ਕਾਜੀ ਬੁਲਾਣੇ ਸਨ ਉੱਥੇ ਦੇ ਕਾਰਕੁਨ, ਕਦੇ ਤੁਸੀਂ ਇੱਥੇ ਆ ਕੇ ਬੈਠ ਗਏ, ਕੌਣ ਹੋ ਤੁਸੀਂ, ਉਹਦਾ ਸਮਾਧੀ ਲਾ ਕੇ ਬੈਠ ਗਏ ਨੇਤਰ ਮੀਟ ਨੇ, ਜਿਹਦੇ ਨਾਲ ਔਰਤੀ ਮਸਤਾਨੇ ਹੋਏ ਜੇ, ਉਹ ਕਹਿਣ ਲੱਗੇ ਇਹ ਖੁਦਾ ਹੈ, ਅਸੀਂ ਇਸ ਕੇ ਸਾਥੀ ਹਾਂ। ਖੁਦਾ ਇਸਲਾਮ ਦੇ ਵਿੱਚ ਖੁਦਾ ਕਹਿਣਾ ਬਹੁਤ ਜ਼ੁਲਮ ਹੈ, ਬਹੁਤ ਜ਼ੁਲਮ ਹੈ। ਫਤਵਾ ਲਾ ਦਿੰਦੇ ਨੇ ਫਤਵਾ, ਜਾਂ ਮਨਸੂਰ ਦੀ ਇਹ ਵਸਤਾ ਆ ਗਈ ਸੀ ਨਾ ਮਹਾਂਪੁਰਸ਼ਾਂ ਦੀ ਕਿਰਪਾ ਦੁਆਰਾ। ਮਨਸੂਰ ਕਹਿੰਦਾ ਅਨਲ ਹੱਕ, ਹੱਕ ਕਹਿੰਦੇ ਨੇ ਪਰਮੇਸ਼ਰ ਨੂੰ, ਜਿਵੇਂ ਆਪਾਂ ਵਾਹਿਗੁਰੂ ਕਹਿੰਦੇ, ਆਪੋ ਆਪਣੇ ਨਾਮ ਰੱਖੇ ਹੋਏ ਨੇ। ਤਾਂ ਫਿਰ ਉਹ ਜਿਹੜੇ ਕਾਜੀ ਬੁਲਾਣੇ ਸਨ, ਇਹ ਕਹਿੰਦੇ ਆਪਣੇ ਆਪ ਨੂੰ ਰੱਬ ਕਹਾਉਂਦਾ, ਇਹਨੂੰ ਫਤਵਾ ਲਾਉਣਾ ਚਾਹੀਦਾ, ਫਤਵਾ ਲਾਇਆ। ਕਹਿੰਦੇ ਇਹਨੂੰ ਸੂਲੀ ਚਾੜ ਦਿਓ, ਸੂਲੀ ਹੁੰਦੀ ਸੀ ਅੱਗੇ ਲੱਕੜੀ ਕੱਟ ਕੇ ਉੱਤੇ ਪਾ ਕੇ, ਉਹ ਢਿੱਡ 'ਚ ਨਿਕਲ ਜਾਂਦੀ ਸੀ ਲੱਕੜੀ, ਹੌਲੀ ਹੌਲੀ ਸਾਧਨ ਬਦਲਦੇ ਚਲੇ ਗਏ ਸਾਇੰਸ ਦੁਆਰਾ, ਆਪ ਤੋਂ ਬਿਜਲੀ ਲਾਉਂਦੇ ਨੇ ਪਤਾ ਹੀ ਨਹੀਂ ਲੱਗਦਾ, ਜਾਂ ਤਲਵਾਰਾਂ ਦੇ ਨਾਲ ਕਤਲ ਕਰਦੇ ਨੇ, ਜਿਵੇਂ ਨੌਵੇਂ ਪਾਤਸ਼ਾਹ ਮਹਾਰਾਜ ਦੀ ਸ਼ਹੀਦੀ ਹੋਈ ਆ ਇੱਥੇ ਦਿੱਲੀ 'ਚ। ਉਹ ਇਸ ਤਰ੍ਹਾਂ ਦੇ ਨਾਲ ਇਹੋ ਸ਼ਹੀਦ ਹੁੰਦੇ ਸਨ। ਆਹ ਗੁਰੂ ਨਾਨਕ ਦੇਵ ਮਹਾਰਾਜ ਜੀ ਉਹ ਜਿਹੜੇ ਪੜ੍ਹੇ ਹੋਏ ਸਨ, ਜਾਂ ਬਾਬਾ ਖੁਦਾ ਸਿੰਘ ਮਹਾਰਾਜ ਜੀ, ਨਾਂ ਤਾਂ ਜਸਵੰਤ ਸਿੰਘ ਸੀ ਉਹਨਾਂ ਦਾ, ਸਮਾਧੀ ਲਾਈ ਬੈਠੇ ਨੇ। ਸਮਾਧੀ ਕਿਹਨੂੰ ਕਹਿੰਦੇ ਨੇ, ਸਮਾਧੀ ਕਹਿੰਦੇ ਨੇ ਜਦ ਮਨ ਫੁਰਨਾ ਨਾ ਕਰੇ। ਦੇਖ ਲਓ ਹੁਣ ਆਪਾਂ ਸਾਰੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠੇ ਹਾਂ, ਅਤੇ ਆਪਾਂ ਦੇਖੋ ਆਪਣਾ ਮਨ ਨੇ ਫੁਰਨਾ ਛੱਡ ਦਿੱਤਾ, ਜੇ ਤਾਂ ਫੁਰਨਾ ਛੱਡ ਦਿੱਤਾ ਤਾਂ ਸਮਝੋ ਫਿਰ ਆਤਮਾ ਰਹਿ ਗਿਆ, ਸਮਝੋ ਆਤਮਾ, ਆਤਮਾ ਕੀ ਪਰਮੇਸ਼ਰ, ਵਾਹਿਗੁਰੂ ਇੱਕੋ ਹੀ ਨਾਮ ਨੇ। ਜੇ ਮਨ ਫੁਰਨੇ ਕਰਦਾ ਤਾਂ ਨਹੀਂ ਅਜੇ ਹੈ। ਦੱਸਿਆ ਕਿਤਨੀਆਂ ਪਦਾਰਥਾਂ ਨੂੰ ਮਨ ਛੱਡਦਾ ਤਦ ਜਾ ਕੇ ਸਮਾਧੀ ਲੱਗਦੀ ਹੈ, ਸਮਸ਼ਟੀ ਵਿਅਸ਼ਟੀ ਅਸਤੂਲ ਸੂਖਮ ਕਾਰਣ ਪ੍ਰਪੰਚ ਨਾਮ ਰੂਪ, ਇੰਨੇ ਪਦਾਰਥਾਂ ਨੂੰ ਛੱਡ ਕੇ ਮਨ ਨੇ ਫਿਰ ਅੱਗੇ ਪਰਮੇਸ਼ਰ ਦੇ ਨਾਮ ਨਾਲ ਜੁੜਨਾ, ਨਾਮ ਦੇ ਵਿੱਚ ਫੁਰਨਾ ਨਹੀਂ ਹੈ, ਨਾਮ 'ਚ ਫੁਰਨਾ ਨਹੀਂ, ਨਾਮੀ 'ਚ ਫੁਰਨਾ ਨਹੀਂ ਹੈ।
ਤਿੰਨਾਂ ਗੁਣਾਂ ਦੇ ਵਿੱਚ ਫੁਰਨਾ ਦੁਆਦ ਪਦ ਦੇ ਵਿੱਚ, ਜਿਹਨੂੰ ਦੁਆਇਤ ਕਿਹਾ ਜਾਂਦਾ। ਦੁਆਇਤ ਇਹ ਜਿਹੜੀ ਦੁਆਇਤ ਆ, ਇਹ ਤਾਂ ਬੜਬੜੇ ਰਿਸ਼ੀਆਂ ਮੁਨੀਆਂ ਦੀ ਦੂਰ ਨਹੀਂ ਹੁੰਦੀ। ਗੁਰਮੁਖ ਹੋਂ ਵੀ ਕਹਿੰਦੇ ਨੇ ਇਸ ਨੂੰ ਹੋਂ। ਔਰ ਇਸ ਤਰ੍ਹਾਂ ਦੇ ਨਾਲ ਜਿਹੜੀ ਦੁਆਇਤ ਆ, ਇਹ ਬਹੁਤ ਔਖੀ ਦੂਰ ਹੁੰਦੀ ਹੈ। ਸਮਾਦਿਸ਼ਟ ਬੈਠੇ ਨੇ, ਕੋਈ ਪਤਾ ਨਹੀਂ, ਨਾ ਸਰੀਰ ਦਾ ਪਤਾ ਨਾ ਦੁਨੀਆਂ ਦਾ ਪਤਾ, ਜਾਂ ਸਰੀਰ ਦਾ ਹੀ ਪਤਾ ਨਹੀਂ, ਦੁਨੀਆਂ ਕਿੱਥੇ ਰਹੇਗੀ। ਹੌਲੀ ਹੌਲੀ ਸਾਧਨਾ ਦੁਆਰਾ ਇਹ ਵਸਤੂਆਂ ਪ੍ਰਾਪਤ ਹੁੰਦੀਆਂ ਨੇ, ਐਵੇਂ ਨਹੀਂ ਹੈ। ਖੈਰ ਉਹ ਹਰਖ ਕੇ ਵੀ ਆਪਣੇ ਆਪ ਨੂੰ ਖੁਦਾ ਮਨਸੂਰ ਨੂੰ ਫਤਵਾ ਲਾਇਆ ਉਹਨਾਂ ਨੇ ਵੀ ਇਹਨੂੰ ਸੂਲੀ ਚਾੜ ਦਿਓ। ਹੁਣ ਜਿਹੜਾ ਬ੍ਰਹਮ ਗਿਆਨੀ ਹੁੰਦਾ ਉਹ ਸਰੀਰ ਤੋਂ ਪਰੇ ਹੁੰਦਾ। ਤਦੇ ਸ਼ਹੀਦੀਆਂ ਦਿੰਦੇ ਨੇ ਨਾ ਸਿੱਖ, ਸਰੀਰ ਤੋਂ ਤਦੇ ਹੀ ਚਰਖੜੀਆਂ 'ਤੇ ਚੜ੍ਹਦੇ ਨੇ ਨਾ। ਜਿਹਨੂੰ ਸਰੀਰ ਭਾਸਦਾ ਚੜਖੜੀ 'ਤੇ ਚੜ੍ਹ ਜਾਏਗਾ, ਉਹ ਕਦੇ ਨਹੀਂ ਚੜ੍ਹਦਾ। ਜਿਹੜੇ ਬਾਬਾ ਮਹਾਰਾਜ ਸਿੰਘ ਜੀ ਹੋਏ ਨੇ, ਆਹ ਉਹਨਾਂ ਦਾ ਗ੍ਰੰਥ ਤਿਆਰ ਹੋਇਆ। ਹੁਣ ਅੰਗਰੇਜ਼ਾਂ ਨਾਲ ਦਸਤ ਪੰਜਾ ਲਿਆ ਤੀ ਉਹਨਾਂ ਨੇ, ਫਿਰ ਫੜ ਕੇ ਲੈ ਗਏ ਸੀ ਮਲਾਇਆ ਦੇ ਵਿੱਚ, ਸਰੀਰ ਛੱਡਿਆ ਸੀ ਉਹਨਾਂ ਨੇ। ਜਦ ਰਾਮ ਸਿੰਘ ਜਿਹੜਾ ਕੂਕਾ ਸੀ ਉਹਨੂੰ ਵੀ ਫੜ ਕੇ ਲੈ ਗਏ ਸੀ। ਔਰ ਇਸ ਤਰ੍ਹਾਂ ਦੇ ਨਾਲ ਉਸਨੂੰ ਫਿਰ ਸੂਲੀ ਚਾੜਿਆ। ਹੁਣ ਉਹਨੂੰ ਸੂਲੀ ਵੀ ਰੱਬ ਦੀ ਨਹੀਂ ਆ ਗੁਰਮੁਖ, ਨਾਲੇ ਸੂਲੀ ਚੜਦਾ ਤੇ ਨਾਲੇ ਉਹ ਨਾਰਾ ਲਾਉਂਦਾ, ਪੜੋ ਪ੍ਰੇਮ ਨਾਲ ਸਾਰੇ। ਸੂਲੀ ਚੜ ਮਨਸੂਰ ਪੁਕਾਰੇ ਮਿਲਦੇ ਪ੍ਰੇਮ ਹੁਲਾਰੇ, ਉਹ ਸਿੱਖ ਚੜਖੀਆਂ ਤੇ ਚੜੇ ਹੋਏ ਬੈਠੇ ਨੇ, ਨਾਲ ਸਾਥੀ ਨੇ, ਕਹਿਣ ਲੱਗੇ ਖੁਦਾ ਹੈ, ਅਸੀਂ ਇਸਕੇ ਸਾਥੀ ਹਾਂ ਚਾਰ। ਘਰ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਮਾਰੋ,
इस तरह का मसवरा किसी इंसान ने सारे इको जे नहीं होंगे सारे मत जी राजे नू जा नवाब नू पता कर दिता वी एक वखीर बैठा है महजिद दे विच उनू काजी बनाने मारन नू फिरदे ने उहने जिहड़े घोड़िया दे हुंदे ने पुलसो गल जी मेरे आए बिना फकीर नू कुछ ना कहो है राजा आ गया बैठे ने कोई पता नहीं दुनिया का चरण फड़ लिया आके जिहड़ा पुराना जामी है ना प्राण चढ़ जान दसवें दार उहनू नहीं पता हुंदा चरण चुन फड़िया का जिहड़ा सुरत शब्द जोगी है ना जिन्हें शब्द नाल सुरत नू जोड़ के दसवें द्वार दे विच अस्तित्व किया होया वो जा चरणा नू हथ लावेगा उहनू पता लग जाएगा। बाबा जसवंत सिंह महाराज जी ने सुरत लाही फिर उत्तों उस तरह ही मंडलों के विच ही थले शरीर च आ गई शरीर हिलन लग गया नेत्र खोले सामने राजा बैठा है। राजा कहिंदा आप कौन हो कहिंदा खुदा हूं ये साथी ने मेरे चार। हैरान हो गया राजा इस्लाम का देश होवे पठानी एक हिंदू शाही मस्जिद दे विच बैठा अपने आप नूं खुदा कहाउंदा है ये तो कोई गल है। कहण लगे खुदा हो कहिंदे हाँ खुदा ता फिर खुदा हो ता फिर मोज जा दिखालो जिहनूं आपां करामात कहिंदे आ शक्ति गुरु घर दे विच शक्ति दिखाउणी मना है परमेश्वर दे हुकम दे विच दिखाउणी मना नहीं है मना हों नूं अगे रख के दिखाउणी है। यूं तो गुरु साहब भी शक्तियां दिखा दे रहे गुरु नानक देव महाराज भी दिखा दे आम भी गुरु दिखा दे रहे महापुरश भी दिखा दे रहे पर हों नूं अगे नहीं रख्या है। जिवें नामदेव जी ने मरिया बामण जिउंदा करता सी पर वो नामदेव ने नहीं सी करिया परमेश्वर दे हुक्म द्वारा करिया सी। और इस तरह के नाल कहे खदाओ तो फिर मोज जा दिखा लो कहते करा माता गुरु घर के कहर है फिर इन्ह काजिया मिलाणिया ने नहीं मनना है कह रहे हो बचन मिलास कर देने को तेज मिलाना सी कोई सुभा होंगे ने उन्हें सोटा चक लिया भी सिर च मारा जद उन्हें बहां तहां उभारिया बाबा जवान सिंह महाराज जी ने माड़ी जी निगाह तहां करी है पंज करम ते जाके डिगया हो अद्धे मलाने का उहदे लड़े हो गए। राजे ने चरण फड़ ले कहिंदे महापुरशो होर ना कुछ कह दिओ कह लगे जे तुसी खदा हो तां फिर साडे नाल खाणा खा लो जिथे किते देखण च आई है गल यही आई है इस दे विच जिवें गुरु नानक देव महाराज जी मक्के गए तां उह कहण लगे भई हिंदू बड़े ने कोई मुसलमान बड़े ने महाराज कहिंदे कोई नहीं बड़ा करनी बड़ी है करनी जिहड़ा चंगे कर्म करदा चाहे हिंदू है जिहड़ा चमे चंगे कर्म करदा चाहे वह मुसलमान है चाहे किसी मत दा ते उह कर्मां दा अगे तो प्रभता जो गुरु घर के मदता जो फल वो तो कर्मा द्वारा मिलना। गुरु नानक देव महाराज कहते बाबा आखे हाजिया सुब अमला बाजो दोवें रोई बड़ो प्रेम दे नाल ता कर्मा का उत्थे का हिसाब किताब हो गए Thank you.
ਸਾਡੇ ਨਾਲ ਖਾਣਾ ਖਾ ਲੋ। ਬਾਬਾ ਜਸਵੰਤ ਸਿੰਘ ਮਹਾਰਾਜ ਕਹਿਣ ਲੱਗੇ ਵੀ ਖਾਣਾ ਖਾ ਲਓ ਤੁਸੀਂ, ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਾਜੀ ਨੂੰ, ਕਾਜੀ ਕਹਿਣ ਲੱਗਾ ਸਾਡੇ ਨਾਲ ਨਵਾਜ਼ ਪੜ੍ਹ ਲਓ। ਕਹਿੰਦੇ ਨਵਾਜ਼ ਪੜ੍ਹ ਲਓ, ਇਹ ਤਾਂ ਰੱਬ ਦਾ ਨਾਮ ਹੈ, ਰੱਬ ਦਾ ਨਾਮ ਲੈਣਾ ਕਿਸੇ ਜਵਾਨ 'ਚ ਹੋਇਆ, ਪਰ ਜਿਵੇਂ ਲੈਣਾ ਚਾਹੀਦਾ ਉਕਣ ਲੈਣਾ ਚਾਹੀਦਾ। ਨਾਮ ਦੇ ਵਿੱਚ ਫਰਕ ਨਹੀਂ, ਲੈਣ ਦੇ ਵਿੱਚ ਫਰਕ ਹੈ। ਨਾਮ ਜਿਵੇਂ ਲੈਣਾ ਚਾਹੀਦਾ ਤਦ ਫਲ ਮਿਲੇਗਾ, ਵਰਨਾ ਫਲ ਨਹੀਂ ਮਿਲਣਾ ਹੈ। ਔਰ ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਫਿਰ ਕੀ ਕਰਿਆ, ਚੌਲ ਜਿਹਨੂੰ ਪਲਾ ਕਹਿੰਦੇ ਨੇ, ਪਲਾ ਕੱਲਾ ਕੱਲਾ ਚੌਲ ਹੁੰਦਾ, ਉਹ ਦੇਗਿਆਂ ਦੇ ਵਿੱਚ ਬਣਦਾ ਹੁੰਦਾ, ਪਰ ਬਣਾਇਆ ਗਿਆ। ਸਾਰੇ ਇਸਲਾਮ ਦੇ ਬੰਦੇ ਬੈਠ ਗਏ, ਬਾਬਾ ਜਵੰਤ ਸਿੰਘ ਮਹਾਰਾਜ ਜੀ ਬੈਠੇ ਨੇ। ਪੁੱਤਰਾਂ ਪੁੱਤਰਾਂ ਹੁੰਦੀਆਂ ਸਨ ਉਹਨਾਂ ਟਾਈਮਾਂ ਦੇ ਵਿੱਚ ਅੱਗੇ ਰੱਖੀਆਂ, ਤਾਂ ਜਦ ਦੇਗਿਆਂ ਦੇ ਉੱਤੋਂ ਚੱਕੇ ਢੱਕਣ ਤਾਂ ਕੀ ਦੇਖਿਆ, ਜਿੰਨੇ ਚੌਲ ਸੀ ਉਨੇ ਹੀ ਸੂਰ ਬਣ ਗਏ ਚੌਲਾਂ ਦੇ। ਜਿੰਨੇ ਇਸਲਾਮ ਦੇ ਬੰਦੇ ਸੀ ਸਾਰੇ ਕੰਧਾਂ 'ਤੇ ਚੜ੍ਹ ਗਏ, ਕਿ ਉਹਨਾਂ ਦੇ ਧਰਮ ਤੇ ਸੂਰ ਵਿਰੁੱਧ ਹੈ। ਔਰ ਇਸ ਤਰ੍ਹਾਂ ਦੇ ਨਾਲ ਉਹ ਫਿਰ ਉਹ ਰਾਜਾ ਕਹਿੰਦਾ, ਤੁਸੀਂ ਕਹਿੰਦੇ ਸ਼ਕਤੀ ਦਿਖਾਉਣੀ ਨੀ, ਆ ਨਾਲੇ ਸ਼ਕਤੀ ਦਿਖਾ ਦਿੱਤੀ ਤੁਸੀਂ। ਬਾਬਾ ਜਸਵੰਤ ਸਿੰਘ ਮਹਾਰਾਜ ਜੀ ਕਹਿਣ ਲੱਗੇ, ਅਸੀਂ ਸ਼ਕਤੀ ਨੀ ਦਿਖਾਲੀ ਭਾਈ, ਇਹ ਪਰਮੇਸ਼ਰ ਨੂੰ ਗੱਲ ਪਾਉਂਦੀ ਨੀ ਆ ਜਿਹੜੀ ਤੁਸੀਂ ਕਰੀ ਹੈ, ਆ ਜਿਹੜੀ ਹੁਣ ਗੱਲ ਕਰੀ ਹੈ ਨਾ ਇਹਨਾਂ ਨੇ, ਇਹ ਪਰਮੇਸ਼ੁਰ ਨੂੰ ਨਹੀਂ ਪਾਉਂਦੀ ਹੈ, ਕਰਤਾ ਬੈਠੇ। ਔਰ ਇਸ ਤਰ੍ਹਾਂ ਦੇ ਨਾਲ ਪਰਮੇਸ਼ੁਰ ਫਿਰ ਸਾਰੀਆਂ ਗੁਣਾ ਕਰਕੇ ਸੰਪੰਨ ਸਰਵਾਗ ਹੈ, ਕਹਿੰਦੇ ਤੁਸੀਂ ਸਾਡਾ ਧਰਮ ਭੰਗ ਕਰਨ ਲੱਗੇ ਸੀ। ਆਪੋ ਆਪਣੇ ਧਰਮ ਹੁੰਦੇ ਹਨ, ਵੀ ਪਰਮੇਸ਼ੁਰ ਨੂੰ ਗੱਲ ਨਹੀਂ ਪਾਈ, ਇਹ ਪਰਮੇਸ਼ੁਰ ਨੇ ਤੁਹਾਡਾ ਕਰਤਾ, ਅਸੀਂ ਤਾਂ ਕੋਈ ਸ਼ਕਤੀ ਨਹੀਂ ਦਿਖਾਲੀ। ਜਾਂ ਇਤਨੀ ਗੱਲ ਬਾਬਾ ਜਸਵੰਤ ਸਿੰਘ ਮਹਾਰਾਜ ਜੀ ਨੇ ਕਹੀ ਤਾਂ ਉਹ ਜਿਹੜਾ ਰਾਜਾ ਸੀ ਉਹਨੇ ਐਲਾਨ ਕਰ ਦਿੱਤਾ ਵੀ ਮੇਰੇ ਦੇਸ਼ ਦੇ ਵਿੱਚ, ਮੇਰੇ ਇਲਾਕੇ ਦੇ ਵਿੱਚ ਜਿੱਥੇ ਮਰਜ਼ੀ ਇਹ ਫਕੀਰ ਫਿਰਨ, ਫਿਰ ਉਹਨਾਂ ਦਾ ਨਾਮ ਉੱਥੇ ਖਦਾ ਸਿੰਘ ਪੈ ਗਿਆ ਸੀ। ਉਹ ਫਿਰ ਇੱਧਰ ਫਿਰਦੇ ਫਿਰਦੇ ਆ ਗਿਆ ਆਪਣੇ ਦੇਸ਼ ਦੇ ਵਿੱਚ, ਉਹ ਆਪਣੀ ਮੌਤ 'ਚ ਫਿਰਦੇ ਹੁੰਦੇ ਸਨ। ਪਿੱਛੇ ਜਿਹੜੇ ਫਕੀਰ ਲੋਕ ਹੁੰਦੇ ਸਨ, ਸਾਦੇ ਲਿਬਾਸ ਹੁੰਦੇ ਸਨ, ਆਪਣੀ ਮੌਜ ਦੇ ਵਿੱਚ ਫਿਰਨਾ, ਜਿਵੇਂ ਆਪਣੀ ਮੌਜ ਦੇ ਵਿੱਚ ਮਤਲਬ ਮੁਲਤਾਨ ਚਲੇ ਗਏ, ਕੱਢਵਾਂ ਜੁੱਤਾ ਪਾਇਆ ਹੋਇਆ ਜਰੀ ਦਾ, ਕੱਢਵਾਂ ਹੀ ਕਮੀਜ਼ ਪਾਇਆ ਹੋਇਆ ਅਤੇ ਦਸਤਾਰ ਬੰਨ੍ਹੀ ਹੋਈ ਹੈ, ਅਤੇ ਗਵਰਨਰ ਸੀ ਮੂਲ ਰਾਜ ਉੱਥੇ ਦਾ, ਉਹਦਾ ਬਾਗ ਸੀ, ਉਹਦੇ ਵਿੱਚ ਟਹਿਲਣ ਲੱਗ ਗਏ, ਟਹਿਲਦੇ ਟਹਿਲਦੇ ਮੰਜੀ ਪਈ ਤੀ, ਸਮਾਧੀ ਲਾ ਕੇ ਪੈ ਗਏ। ਮੂਲ ਰਾਜ ਆਇਆ, ਖੱਤਰੀ ਸੀ ਹਿੰਦੂ, ਬੜਾ ਸਾਰਾ ਪੱਗੜ ਬੰਨਿਆ ਹੋਇਆ ਸੀ, ਬੜੋੜੇ ਪੱਗੜ ਹੁੰਦੇ ਸੀ ਅੱਗੇ, ਟਹਿਲਦਾ ਰਿਹਾ ਟਹਿਲਦਾ ਟਹਿਲਦਾ ਆ ਕੇ ਮੁੱਠੀ ਚਾਪੀ ਕਰਨ ਲੱਗ ਗਿਆ। ਬਾਬਾ ਖਦਾ ਸਿੰਘ ਮਹਾਰਾਜ ਜੀ ਸਮਾਧੀ ਲਾਈ ਪਏ ਸਨ, ਨੇਤਰ ਖੋਲ੍ਹੇ, ਦੇਖਿਆ ਵੀ ਗਵਰਨਰ ਬੈਠਾ। ਕਹਿੰਦਾ ਮਹਾਰਾਜ ਜੀ ਬ੍ਰਹਮ ਗਿਆਨੀ ਦੇ ਕੀ ਲੱਛਣ ਹੁੰਦੇ ਨੇ, ਬੜੇ ਲੋਕ ਅੱਗੇ ਧਾਰਮਿਕ ਹੁੰਦੇ ਸਨ, ਜਹਾਲਤ ਨਹੀਂ ਸੀ ਹੁੰਦੇ ਅੱਜ ਕੱਲ੍ਹ ਮੰਗਣ। ਕਹਿਣ ਲੱਗੇ ਬ੍ਰਹਮ ਗਿਆਨੀ ਦੇ ਲੱਛਣ ਪੁੱਛਣੇ ਨੇ। ਫਿਰ ਮਹਾਰਾਜ ਜੀ ਨੇ ਜਿਹੜਾ ਸੁਖਮਨੀ ਸਾਹਿਬ ਦੇ ਵਿੱਚ ਇਹ ਸ਼ਬਦ ਉਚਾਰਨ ਕਰਿਆ ਵੀ ਬ੍ਰਹਮ ਗਿਆਨੀ ਇਹੋ ਜਿਹਾ ਹੁੰਦਾ, ਇਹ ਤਾਂ ਕਹਿੰਦੇ ਹੈ ਗੁਰਬਾਣੀ ਦੁਆਰਾ ਪ੍ਰੈਕਟੀਕਲੀ ਦੇਖਣਾ ਵੀ ਬ੍ਰਹਮ ਗਿਆਨੀ ਕਿਹਾ ਜਿਹਾ ਹੁੰਦਾ। ਕਹਿੰਦਾ ਹਾਂ ਜੀ, ਪ੍ਰੈਕਟੀਕਲੀ ਦਿਖਾ ਲਓ। ਲੱਤ ਇਕੱਠੀ ਕਰ ਲਈ, ਉਹ ਜੋੜ ਕੇ ਮੂਲ ਰਾਜ ਦੇ ਗਵਰਨਰ ਦੇ ਮੱਥੇ 'ਚ ਮਾਰੀ, ਉਹ ਰੁੜ ਗਿਆ, ਪਰਾਂ ਕਿਹਦੇ ਸਾਫ ਆ ਗਿਆ,
ਉਹ ਵੀ ਜਾਣ ਗਿਆ ਬਈ ਗਵਰਨਰ ਦੇ ਲੱਤ ਕੌਣ ਮਾਰ ਸਕਦਾ, ਵੀ ਇਹ ਤਾਂ ਕੋਈ ਤਾਕਤ ਵਾਲੇ ਨੇ। ਚਰਨ ਫਾਲੇ ਕਹਿੰਦਾ ਮਹਾਰਾਜ ਜੀ ਹੋਰ ਕਿਤੇ ਬਚਨ ਨਾ ਕਰ ਦਿਓ, ਕੋਈ ਲੱਤ ਤਾਂ ਮਾਰਤੀ। ਕਹਿੰਦੇ ਇਹ ਬ੍ਰਹਮ ਗਿਆਨੀ ਦੇ ਲੱਛਣ ਨੇ, ਜੈਸਾ ਗਰੀਬ ਵੈਸਾ ਹੀ ਵੀਰ ਆ। ਉਸਨੂੰ ਬਸ ਜੇ ਗਰੀਬ ਤੇ ਘਿਰਣਾ, ਅਮੀਰ ਤੇ ਲੱਪਾਚਾਰੀ ਆ, ਤਾਂ ਸਮਝੋ ਖੁਦਗਰਜੀ ਆ। ਉਹ ਬ੍ਰਹਮ ਗਿਆਨੀ ਨਹੀਂ ਹੈ, ਖੁਦਗਰਜ ਹੈ, ਚਾਹੁੰਦਾ ਉਹਦੇ ਕੋਲੋਂ ਕੁਛ, ਜਾਂ ਕਿਸੇ ਕੋਲੋਂ ਕੁਛ ਲੈਣਾ ਹੀ ਨਹੀਂ, ਫਿਰ ਉੱਥੇ ਖੁਦਗਰਜੀ ਕਾਹਦੀ ਹੈ। ਉੱਥੇ ਨਿੰਮੋ ਝੂਣੀ ਕੀ ਹੋਣੀ ਚਾਹੀਦੀ ਹੈ, ਉੱਥੇ ਤਾਂ ਬੇਪਰਵਾਹੀ ਹੁੰਦੀ ਹੈ ਮਹਾਂਪੁਰਸ਼ਾਂ ਦੀ, ਬੜੋ ਪ੍ਰੇਮ ਦੇ ਨਾਲ। ਜਿਹੜੇ ਨਿਰਦਾਵੇ ਦਿਨ ਆਏ ਰਾਜੇ ਸੱਚੇ ਰਿੰਦਰ, ਆਤਮਦਰਸ਼ੀ ਮਹਾਂਪੁਰਸ਼ ਨੇ, ਜਿਨ੍ਹਾਂ ਨੂੰ ਕੋਈ ਦੁਨੀਆਂ ਦੇ ਪਦਾਰਥਾਂ ਦੀ ਇੱਛਾ ਨਹੀਂ ਹੈ, ਉਹਨਾਂ ਨੂੰ ਆਤਮਦਰਸ਼ੀ ਕਹਿੰਦੇ ਨੇ। ਆਓ ਇਹੋ ਜਿਹਾ ਇੱਕ ਮਹਾਤਮਾ ਤੁਰਿਆ ਜਾਂਦਾ ਕੱਚੇ ਰਸਤੇ ਹੁੰਦੇ, ਧੁੱਦੜਾਂ
ਕਿਤੇ ਪੈਰ ਲੱਗਿਆ ਮੋਹਰ ਨਿਕਲਿਆ ਈ ਵਿੱਚੋਂ ਪਾਉਂਡ। ਹੁਣ ਉਹ ਤੀ ਨਿਰਿਸ਼ਚਿਤ ਡਿਜ਼ਾਇਰਲੈਸ ਸਟੇਟ, ਉਹਨੂੰ ਕਹਿੰਦੇ ਨੇ ਨਿਰਿਸ਼ਚਿਤ, ਜਿਹਨੂੰ ਕੋਈ ਇੱਛਾ ਨਾ ਹੋਵੇ। ਜਿੱਥੇ ਇੱਛਾ ਉੱਥੇ ਤਾਂ ਦੁਆਇਤ ਪਣ, ਜਿੱਥੇ ਇੱਛਾ ਨਹੀਂ ਸਮਝੋ ਬੇਪਰਵਾਹੀ। ਉਹ ਬੇਪਰਵਾਹੀ ਦੇਸ਼ ਆ ਗਿਆ, ਉਹ ਤੁਰਿਆ ਜਾਂਦਾ ਬੇਪਰਵਾਹ ਮਹਾਤਮਾ। ਉਸਨੇ ਕਿਹਾ ਵੀ ਸਾਡੇ ਤਾਂ ਕੋਈ ਕੰਮ ਨਹੀਂ ਹੈ, ਸੁਣ ਅਸੀਂ ਕੀ ਕਰਨਾ। ਫਿਰ ਉਹਨੇ ਸੋਚਿਆ ਵੀ ਕਿਸੇ ਗਰੀਬ ਨੂੰ ਦੇ ਦਾਂਗੇ, ਉਹ ਵਿਚਾਰਾ ਚਾਰ ਦਿਨ ਤੌੜੀ 'ਚ ਨੂਣ ਪਾ ਲਏਗਾ, ਵਿਅਰਥ ਜਾਵੇਗੀ ਇੱਥੇ ਪਈ ਇਹ ਧੁੱਦੜ 'ਚ। ਚੱਕ ਲਈ ਉਹਨੇ, ਤੁਰਿਆ ਜਾਂਦਾ। ਇੱਕ ਰਾਜਾ ਦੂਏ ਰਾਜ ਦੇ ਚੜ੍ਹਾਈ ਕਰੀ ਆਉਂਦਾ, ਫੌਜਾਂ ਫੂਜਾਂ ਜਾਂ ਜੋ ਕੁਛ ਹੁੰਦਾ, ਤਾਂ ਮੂਹਰੇ ਲੋਕ ਇੱਧਰ ਉੱਧਰ ਕਰਦੇ ਆਉਂਦੇ ਨੇ, ਜਿਵੇਂ ਅੱਜ ਕੱਲ੍ਹ ਵੀ ਰਾਹ ਬੰਦ ਕਰ ਦਿੰਦੇ ਨੇ ਵੀ ਇੱਧਰ ਦੀ ਨਾ ਜਾਇਓ, ਇੱਧਰ ਦੀ ਕਿਸੇ ਨੇ ਆਉਣਾ। ਉਹ ਇਸ ਤਰ੍ਹਾਂ ਦਾ ਹੁੰਦਾ ਜੀ। ਉਹ ਮਹਾਤਮਾ ਕਹਿੰਦੇ ਆ ਲਾਡਾ ਖਾਂਡਾ ਜਿਹਾ ਕੀ ਆਉਂਦਾ। ਉਹ ਕਹਿੰਦੇ ਜੀ ਫਲਾਨਾ ਰਾਜਾ ਇਹ ਫਲਾਨੇ ਰਾਜੇ ਦੇ ਚੜ੍ਹਾਈ ਕਰਕੇ ਜਾਂਦਾ, ਉਸਨੂੰ ਸ਼ਿਕਸਤ ਦੇਵੇਗਾ ਅਤੇ ਉਸਦਾ ਰਾਜ ਆਪਣੇ ਕਬਜ਼ੇ ਕਰੇਗਾ, ਉਸ ਤੋਂ ਕੂਨ ਕਰੂ। ਉਹ ਮਹਾਤਮਾ ਨੇ ਸੋਚਿਆ ਵੀ ਇਹ ਕੰਗਾਲ ਹੈ, ਜਿਹਨੂੰ ਆਪਣੇ ਰਾਜ 'ਤੇ ਸਬਰ ਨਹੀਂ ਆਇਆ, ਸੰਤੋਖ ਨਹੀਂ ਆਇਆ, ਉਹ ਦੂਏ ਦੇ ਰਾਜ 'ਤੇ ਚੜ੍ਹਾਈ ਕਰੀ ਜਾਂਦਾ, ਇਦੂ ਹੋਰ ਕੰਗਾਲ ਕੌਣ ਹੋਵੇਗਾ। ਮਹਾਤਮਾ ਨੇ ਕਿਹਾ ਵੀ ਮੋਹਰ ਇਹਨੂੰ ਦੇ ਦਈਏ, ਇਹਨੂੰ ਮੋਹਰ ਦੇ ਦਈਏ। ਹਾਥੀ ਦੇ ਉੱਤੇ ਬੈਠਾ ਆਉਂਦਾ ਉਹਦੀ ਹੰਕਾਰੀ, ਹੋਰ ਨਾਲ ਤੀ ਅਹਿਲਕਾਰ ਪਰ ਜਿਵੇਂ ਹੁੰਦੇ ਨੇ ਵਜ਼ੀਰ ਵਛੀਰ। ਜਾਥੀ ਕੋਲ ਆਇਆ, ਉਹ ਮਹਾਤਮਾ ਨੇ ਮੋਹਰ ਚਲਾ ਕੇ ਅਹੁਦੇ 'ਚ ਮਾਰੀ। ਰਾਜਾ ਵਜ਼ੀਰ ਨੂੰ ਕਹਿੰਦਾ ਪੁੱਛੇ ਗਰੀਬ ਨੇ ਮੋਹਰ ਭੇਟ ਕਰੀ ਹੈ, ਕੀ ਚਾਹੁੰਦਾ ਹੈ। ਵਜ਼ੀਰ ਸਾਹਿਬ ਕਹਿੰਦਾ ਹੈ ਗਰੀਬ ਤਾਂ ਮੋਹਰ ਭੇਟ ਕੱਢੀ ਹੈ, ਨਜ਼ਰਾਨਾ ਮੋਹਰ, ਤੂੰ ਕੀ ਚਾਹੁੰਦਾ ਬਾਦਸ਼ਾਹ ਕੋਲੋਂ। ਕਹਿੰਦਾ ਮੈਂ ਤਾਂ ਕੁਛ ਨਹੀਂ ਚਾਹੁੰਦਾ। ਫਿਰ ਮੋਹਰ ਭੇਟ ਕਰੀ ਹੈ। ਕਹਿੰਦਾ ਨਹੀਂ ਮੈਂ ਭੇਟ ਨਹੀਂ ਕਰੀ ਹੈ। ਕਹਿੰਦਾ ਮੈਂ ਤਾਂ ਤੁਰਿਆ ਆਉਂਦਾ ਸੀ ਉੱਥੇ ਧੁੱਦੜ 'ਚ ਪਈ ਸੀ, ਮੈਂ ਕਿਹਾ ਵੀ ਚਲੋ ਚੱਕ ਲੈਂਦੇ ਹਾਂ ਕਿਸੇ ਗਰੀਬ ਨੂੰ ਦੇ ਦਾਂਗੇ। ਹੁਣ ਇਹਨੂੰ ਆਪਣੇ ਰਾਜ 'ਤੇ ਸਬਰ ਨਹੀਂ ਆਇਆ, ਦੂਏ ਰਾਜੇ 'ਤੇ ਚੜ੍ਹਾਈ ਕਰੀ ਜਾਂਦਾ, ਇਦੂ ਕੰਗਾਲ ਕੌਣ ਹੈ। ਮੈਂ ਤਾਂ ਇਹਨੂੰ ਕੰਗਾਲ ਜਾਣ ਕੇ ਦਿੱਤੀ ਹੈ ਮੋਹਰ। ਇਹੋ ਜਿਹੇ ਬੇਪਰਵਾਹ ਮਹਾਤਮਾ ਹੁੰਦੇ ਨੇ ਗੁਰਮੁਖ। ਆਓ ਬਾਬਾ ਖੁਦਾ ਸਿੰਘ ਮਹਾਰਾਜ ਜੀ ਦਾ ਨਾਮ, ਉੱਥੇ ਫਿਰ ਖੁਦਾ ਸਿੰਘ ਪੈ ਗਿਆ। ਇੱਧਰ ਆ ਗਏ, ਵਿਚਰਨਾ ਸ਼ੁਰੂ ਕਰ ਦਿੱਤਾ, ਵਿਚਰਦੇ ਵਿਚਰਦੇ ਪਟਿਆਲੇ ਆ ਗਏ। ਉੱਥੇ ਕਥਾ ਹੁੰਦੀ ਸੀ ਅਸ਼ਟਪਦੀ ਦੀ, ਇਸੇ ਦੀ ਵੀ ਤੈ ਸਵਰਨ ਤੈ ਸੀ ਉਸ ਮਾਟੀ, ਤੈ ਸਾਂਵਰ ਤੈ ਸੀ ਵੀ ਖਾਟੀ। ਅੱਗੇ ਲੋਕ ਸਾਦੇ ਹੁੰਦੇ ਸਨ, ਇੱਕ ਮਾਤਾ ਉੱਠੀ, ਉਹ ਵਿਹੋਦਾ ਸੰਨਾ ਭਰ ਲਈ ਜਾ ਕੇ ਵਿਹੋਦਾ। ਉਹ ਮਹਾਤਮਾ ਜਾਂ ਪੰਡਿਤ ਲੋਕ ਕਥਾ ਕਰਦੇ ਸਨ, ਸਾਹਮਣੇ ਆ ਕੇ ਖੜ ਗਈ। ਬਹੁਤ ਮੰਡਲੀਆਂ ਮਹਾਤਮਾ ਦੀਆਂ ਆਉਂਦੀਆਂ ਸੀ ਅੱਗੇ ਫਿਰਦੀਆਂ, ਵਿਦਿਆਰਥੀ, ਜਿਵੇਂ ਪਿੰਡਾਂ ਵਾਲੇ ਦੇ ਸੰਪਰਦਾਇਕ ਵਿਦਿਆਰਥੀ ਬਹੁਤ ਪੜ੍ਹਾਉਂਦੇ ਨੇ। ਸਾਹਮਣੇ ਆ ਕੇ ਖੜ ਗਈ ਉਹ ਜਿਹੜਾ ਕਥਾ ਕਰਦਾ ਸੀ ਮਹਾਤਮਾ। ਕਹਿੰਦਾ ਮਾਤਾ ਤੂੰ ਖੜੀ ਹੈ। ਕਹਿੰਦੇ ਤੁਹਾਨੂੰ 8 ਦਿਨ ਹੋ ਗਏ ਇੱਕ ਅੱਖਰ 'ਤੇ ਕਥਾ ਕਰਦੇ ਨੂੰ, ਮਹੀਨਾ ਮਹੀਨਾ ਵੀ ਕਥਾ ਕਰੀ ਜਾਂਦੇ ਨੇ ਜਿਹੜੇ ਹੁੰਦੇ ਨੇ ਪੰਡਿਤ ਲੋਕ, ਗਿਆਨੀ ਲੋਕ। ਕਹਿਣ ਲੱਗੀ ਆ ਵਿਹੋ ਪੀ ਕੇ ਦਿਖਾ ਲਓ ਮੈਨੂੰ। ਉੱਥੇ ਹੀ ਕਥਾ ਭੁੱਲ ਗਈ, ਕਥਾ ਭੁੱਲ ਗਈ ਗੁਰਮੁਖ। ਉਹ ਸਮਾਧੀ ਲਾਈ ਬੈਠੇ ਦੀ ਬਾਬਾ ਖੁਦਾ ਸਿੰਘ ਮਹਾਰਾਜ ਜੀ, ਜਾਂ ਕਥਾ ਸੁਣਨੋਂ ਹਟ ਗਈ ਤਾਂ ਨੇਤਰ ਖੋਲ੍ਹੇ। ਉਹ ਚਰਚਾ ਜੀ ਸੁਣੀ ਸਾਰੀ, ਕਹਿਣਗੇ ਮਾਤਾ ਉਰੇ ਲਿਆ, ਉਰੇ ਲਿਆ। ਜੰਗਲ ਦੇ ਵਿੱਚ ਸ਼ੇਰ ਕੋਈ ਕੋਈ ਹੁੰਦਾ ਹੈ, ਬਾਕੀ ਜਾਨਵਰ ਬਹੁਤ ਹੁੰਦੇ ਨੇ। ਹੁਣ ਲਿਆਂਦੀ, ਬਾਬਾ ਖੁਦਾ ਸਿੰਘ ਮਹਾਰਾਜ ਨੇ ਛੰਨਾ ਫੜ ਕੇ ਪੀ ਲਈ, ਸਾਰਾ ਛੰਨਾ ਪੀ ਗਿਆ। ਦੁਨੀਆ ਆਲੇ ਦੁਆਲੇ ਇਕੱਠੀ ਹੋ ਗਈ, ਨੇਤਰ ਮੀਟ ਕੇ ਸੁਰਤ ਨੂੰ ਆਤਮਾ ਦੇ ਵਿੱਚ ਜੋੜ ਕੇ ਬੈਠ ਗਏ, ਸਮਾਧੀ ਲਾ ਲਈ। 4 ਦਿਨ ਬੈਠੇ ਰਹੇ, ਦੁਨੀਆ ਆਵੇ ਦੇਖ ਕੇ ਮੁੜ ਜਾਵੇ, ਆਵੇ ਮੁੜ ਜਾਵੇ। 4th ਦਿਨ ਸਮਾਧੀ ਖੋਲ੍ਹੀ ਫਿਰ ਗੁਰੂ। ਇਹਨੂੰ ਬ੍ਰਹਮ ਗਿਆਨੀ ਕਹਿੰਦੇ ਨੇ,
ਆਓ ਗੁਰੂ ਨਾਨਕ ਦੇਵ ਮਹਾਰਾਜ ਜੀ ਬਣਾਉਟੀ ਵਰਮ ਗਿਆਨੀ ਸੀ, ਬਣਾਉਟੀ ਬੜੋ ਪ੍ਰੇਮ ਨਾਲ ਗੱਲੀ ਵਾਤੀ ਦੀ ਪਿਆਰਾ ਸ਼ਹਿਰ ਜਾ ਕੇ ਬਾਹਰ ਬੈਠ ਗਏ। ਜਿਹੜਾ ਉੱਥੇ ਦਾ ਰਾਜਾ ਸੀ
ਪਰਜਾ ਪਾਲਕ ਉਸ ਦੇ ਸਰੀਰ ਨੂੰ ਕੋੜ ਹੋਇਆ ਹੋਇਆ ਸੀ। ਕੋੜ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣਗੇ ਭਾਈ ਮਰਦਾਨਿਆਂ ਓਂਕਾਰ ਆ ਲੈ ਬੁਕਚਾ, ਜਾਂ ਸ਼ਹਿਰ ਦੇ ਵਿੱਚ ਹੋਕਾ ਦੇ ਦੇ ਵੀ ਵੈਦ ਆਇਆ। ਉਸ ਟਾਈਮ ਦੇ ਵਿੱਚ ਵੈਦ ਜਨਾਨੀ ਹੁੰਦੀ ਸੀ ਇਸ ਤਰ੍ਹਾਂ ਦੇ ਹਕੀਮ, ਆ ਫੜ ਬੁਝਕਾ ਜਾਏ ਨਾਰਾ ਲਾ ਸ਼ਹਿਰ ਨੂੰ ਮਰਦਾਨਾ ਤੁਰ ਗਿਆ ਬੁਛਾ ਲੈ ਕੇ। ਉਹ ਕਹਿੰਦਾ ਪੜੋ ਬਰੇਨਾ ਆ ਗਿਆ ਹੈ ਬਾਬਾ ਵੈਦ ਰੋਗੀ ਅੰਦਰੋਂ ਅਹਿਲਕਾਰ ਨਿਕਲਿਆ। ਉਹਨੇ ਪੁੱਛਿਆ ਵੀ ਤੂੰ ਹਕੀਮ ਹੈ? ਕਹਿੰਦਾ ਨਹੀਂ ਮੈਂ ਤਾਂ ਸੇਵਕ ਹਾਂ ਉਹਨਾਂ ਦਾ, ਉਹ ਤਾਂ ਬਾਹਰ ਬੈਠੇ ਨੇ। ਉਹ ਕਹਿੰਦਾ ਸਾਡੇ ਰਾਜੇ ਨੂੰ ਕੋਹੜ ਹੋਇਆ ਹੋਇਆ ਉਹ ਹਟਾ ਦੇਗਾ? ਮਰਦਾਨਾ ਕਹਿੰਦਾ ਸਰੀਰ ਦਾ ਕੋਹੜ ਤਾਂ ਕਿਧਰੇ ਰਹਿ ਗਿਆ, ਉਹ ਤਾਂ ਮਨ ਦਾ ਕੋਹੜ ਵੀ ਹਟਾ ਦਿੰਦੇ ਨੇ। ਸਰੀਰ ਦਾ ਕੋੜ ਹਰ ਇੱਕ ਹਟਾ ਦੇਵੇਗਾ ਪਰ ਮਨ ਦਾ ਕੋੜ ਹਟਾਉਣਾ ਔਖਾ ਹੈ। ਇਸ ਨੂੰ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਹਟਾਇਆ, ਜਾਂ ਕੋਈ ਬ੍ਰਹਮ ਗਿਆਨੀ ਸਿੱਖ ਹੋਵੇ। ਆਪਾਂ ਤਾਂ ਜਾਣਦੇ ਹੀ ਨਹੀਂ ਮਨ ਨੂੰ ਕੀ ਕੋੜ ਲੱਗਿਆ ਹੋਇਆ। ਮਨ ਨੂੰ ਤਾਂ ਬਹੁਤ ਰੋਗ ਨੇ। ਇਹ ਵੀ ਅਰਦਾਸ ਵੈਦ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਣਾਇਆ ਸੀ, ਕਹਿੰਦੇ ਮੇਰੀ ਬਾਂਹ ਫੜ ਲਈ ਤੂੰ ਅਰੋਗ ਹੈ। ਉਹਨੂੰ ਪਤਾ ਹੀ ਨਹੀਂ ਸੀ ਵੀ ਮਨ ਦੇ ਕੀ ਰੋਗ ਹੁੰਦੇ ਨੇ। ਜਿੰਨੇ ਮਨ ਦੇ ਰੋਗ ਖਤਰਨਾਕ ਨੇ ਨਾ, ਸਰੀਰ ਦੇ ਨਹੀਂ ਹਨ ਉਹਨੇ। ਸਰੀਰ ਦੇ ਰੋਗ ਓਨਾ ਚਿਰ ਨੇ ਜਿੰਨਾ ਚਿਰ ਸਰੀਰ ਹੈ। ਜਦ ਸਰੀਰ ਮਰ ਗਿਆ ਰੋਗ ਵੀ ਨਾਲੇ ਹੀ ਜਲ ਜਾਣਗੇ, ਪਰ ਜਿਹੜੇ ਮਨ ਦੇ ਰੋਗ ਨੇ ਮਨ ਨੇ ਅੱਗੇ ਜਾਣਾ, ਉਹ ਨਾਲ ਜਾਣਗੇ। ਆਓ ਇਸ ਤਰ੍ਹਾਂ ਦੇ ਨਾਲ ਉਹ ਕਹਿੰਦੇ ਕਿ ਹਾਂ ਹਟਾ ਦੇਣਗੇ ਉਹ, ਆਓ ਮੇਰੇ ਨਾਲ ਚੱਲੋ। ਅਹਿਲਕਾਰ ਚਲਿਆ ਗਿਆ,
ਮਹਾਰਾਜ ਬੈਠੇ ਸਨ, ਨਮਸਕਾਰ ਕਰੀ ਸਾਧੂ ਨਿਵਾਸ ਦੇਖ ਕੇ। ਕਹਿੰਦੇ ਤੁਸੀਂ ਹਕੀਮ ਹੋ? ਕਹਿੰਦੇ ਹਾਂ ਹਕੀਮ ਹਾਂ ਅਸੀਂ। ਸਾਡੇ ਰਾਜੇ ਨੂੰ ਕੋਹੜ ਹੋਇਆ, ਹਟਾ ਦਊਂਗੇ? ਕਹਿੰਦੇ ਹਾਂ ਹਟਾ ਦਾਂਗੇ। ਇਹ ਇੱਕ ਥੋੜ੍ਹੀ ਜਿਹੀ ਚੀਜ਼ ਚਾਹੀਦੀ ਹੈ। ਕਹਿੰਦਾ ਦੱਸੋ ਚੱਕਰਵਰਤੀ ਰਾਜਾ, ਜੋ ਮਰਜ਼ੀ ਮੰਗਾ ਲਓ। ਮਹਾਰਾਜ ਕਹਿੰਦੇ ਸਾਨੂੰ ਇੱਕ ਬਰਮ ਗਿਆਨੀ ਚਾਹੀਦਾ, ਇੱਕ ਬਰਮ ਗਿਆਨੀ। ਉਹ ਕੋਹਲੂ ਕੱਢ ਕੇ, ਪੀੜ ਕੇ, ਉਹਦਾ ਤੇਲ ਕੱਢ ਕੇ ਰਾਜੇ ਦੇ ਮਲ ਦਿਆਂਗੇ, ਰਾਜੀ ਹੋ ਜੂਗਾ। ਉਹ ਕਹਿੰਦਾ ਜੀ ਸਾਡਾ ਤਾਂ ਸਾਰਾ ਹੀ ਸ਼ਹਿਰ ਬਰਮ ਗਿਆਨੀਆਂ ਦਾ, ਇੱਕ ਕੀ ਮੈਂ ਗੱਡਾ ਭਰ ਲਿਆਉਣਾ। ਮਹਾਰਾਜ ਕਹਿੰਦੇ ਗੱਡਾ ਅਸੀਂ ਕੀ ਕਰਨਾ, ਇੱਕ ਚਾਹੀਦਾ ਸਾਨੂੰ ਤਾਂ। ਉਹ ਡੌਂਡੀ ਪਟਾਤੀ ਜਿਵੇਂ ਢੋਲ ਜਾ ਕੁਟਾ ਦਿੰਦੇ ਨੇ ਅੱਜ ਕੱਲ੍ਹ, ਹੋਰ ਉਪਾਅ ਹੋ ਗਏ। ਸ਼ਹਿਰ ਦੇ ਵਿੱਚ ਡੌਂਡੀ ਪਿੜ ਦਿੱਤੀ ਵੀ ਇੱਕ ਬਰਮ ਗਿਆਨੀ ਦੀ ਲੋੜ ਆ, ਬਰਮ ਗਿਆਨੀ ਦੀ। ਕੋਹਲੀ 'ਚ ਕੋਹਲੂ 'ਚ ਪੀੜ ਕੇ ਤੇਲ ਕੱਢ ਕੇ ਉਹਦਾ ਰਾਜੇ ਦੇ ਮਰਨਾ, ਕੋਈ ਹਕੀਮ ਆਇਆ ਫਿਰ ਰਾਜਾ ਰਾਜੀ ਹੋ ਜੂਗਾ। ਬਰਮ ਗਿਆਨੀਆਂ ਦਾ ਸਾਰਾ ਸ਼ਹਿਰ ਸੀ। ਪਤਾ ਨਹੀਂ ਕਿਤਨੂੰ ਵੜ ਗਏ ਖੱਡਾਂ ਦੇ ਵਿੱਚ, ਜਿਵੇਂ ਦਿਨ ਚੜ੍ਹੇ ਤੇ ਗਿੱਦੜ ਵੜ ਜਾਂਦੇ ਨੇ ਖੱਡਾਂ 'ਚ। ਉਹ ਪੁੱਛਦਾ ਫਿਰਦਾ ਵੀ ਤੂੰ ਬਰਮ ਗਿਆਨੀ ਹੈ? ਕਹਿੰਦਾ ਨਹੀਂ ਮੈਂ ਤਾਂ ਨਹੀਂ ਬਰਮ ਗਿਆਨੀ। ਕਹਿੰਦਾ ਅੱਗੇ ਤੁਸੀਂ ਫੜਾਈਆਂ ਮਾਰਦੇ ਹੁੰਦੇ ਸੀ ਵੀ ਮੈਂ ਬਰਮ ਗਿਆਨੀ ਹਾਂ। ਮੌਕਾ ਪਏ ਤੇ ਪਤਾ ਲੱਗਦਾ ਗੁਰਮੁਖ। ਜਿਵੇਂ ਮਜਨੂੰ ਦਾ ਟੱਲਾ ਨਾ ਇੱਥੇ ਦਿੱਲੀ, ਕੋਈ ਲੇਲਾ ਸੀ ਇੱਥੇ, ਕਹਿੰਦੇ ਸੁਣਦੇ ਹਾਂ ਅਸੀਂ ਤਾਂ। ਉਹ ਦੁਨੀਆਂ ਸਾਰੇ ਮਜਨੂੰ ਬਣ ਗਏ। ਕਿਉਂ? ਲੇਲਾ ਨੇ ਆਰਡਰ ਕਰ ਦਿੱਤਾ ਦੁਕਾਨ ਵਾਲੇ ਨੂੰ ਬਈ ਜੋ ਮਜਨੂੰ ਖਾਵੇ ਉਸਨੂੰ ਦੇਈ ਜਾਈ ਤੇ ਪੈਸੇ ਮੈਂ ਦੇਵਾਂਗੀ। ਬਣ ਗਏ ਜੀ ਮਜਨੂੰ। ਡਾਰਾਂ ਹੀ ਆ ਕੇ ਲੱਗ ਗਈਆਂ ਡਾਰਾਂ, ਗੁਲਾਬ ਜਾਮਣਾ, ਡਬਲ ਰੋਟੀ ਦੁੱਧ ਦੇ ਵਿੱਚ ਪਾ ਕੇ, ਜਲੇਬੀਆਂ ਦੁੱਧ ਦੇ ਵਿੱਚ ਪਾ ਕੇ ਖਾਣੀਆਂ ਸ਼ੁਰੂ ਕਰਤੀਆਂ ਮਜਨੂਆਂ ਨੇ, ਪਖੰਡੀਆਂ ਨੇ। ਤਾਂ ਫਿਰ ਹਜ਼ਾਰਾਂ ਰੁਪਇਆ ਬਿੱਲ ਉੱਠਿਆ। ਉਹ ਲੇਲਾ ਕਹਿਣ ਲੱਗੀ ਮਜਨੂੰ ਇੰਨੀ ਖਾ ਜਾਂਦਾ? ਕਹਿੰਦੇ ਸਾਨੂੰ ਕੀ ਪਤਾ, ਜਿਹੜਾ ਮਜਨੂੰ ਕਹਿੰਦਾ ਅਸੀਂ ਦੇਈ ਜਾਂਦੇ ਹਾਂ। ਕਹਿੰਦੇ ਅੱਛਾ। ਕਹਿੰਦੇ ਫਿਰ ਮੇਰਾ ਹੁਕਮ ਹੈ, ਤੁਸੀਂ ਉਹ ਕਹੋ ਬਈ ਲੇਲਾ ਨੇ ਕਲੇਜੀ ਦਾ ਮਾਸ ਮੰਗਿਆ, ਜਿਹੜਾ ਦਊਗਾ ਉਸਨੂੰ ਗੁਲਾਬ ਜਾਮਣਾ ਦੇਵਾਂਗੇ। ਉਹ ਜਿਹੜੇ ਡਾਰਾਂ ਤੇ ਪਿੱਛੇ ਹੀ ਮੁੜ ਗਈਆਂ, ਜਦ ਇਹ ਨਾਂ ਲਿਆ ਨਾ ਸਾਰੀਆਂ ਹੀ ਪਿੱਛੇ ਹੀ ਮੁੜ ਗਈਆਂ। ਫਿਰ ਆਇਆ ਮਜਨੂੰ, ਕਹਿਣ ਲੱਗਾ ਵੀ ਤੂੰ ਕੌਣ ਹੈ? ਕਹਿੰਦਾ ਮੈਂ ਮਜਨੂੰ ਹਾਂ। ਫਿਰ ਲੇਲਾ ਦਾ ਤਾਂ ਸਾਨੂੰ ਆਰਡਰ ਆਇਆ। ਇੱਕ ਕਹਿੰਦਾ ਕੀ ਆਰਡਰ ਹੈ? ਇਹ ਆਰਡਰ ਆ ਵੀ ਕਲੇਜੀ ਦਾ ਮਾਸ, ਕਹਿੰਦਾ ਸਾਰਾ ਹੀ ਸਰੀਰ ਵੱਟ ਲਓ, ਸਾਹਮਣੇ ਖੋ ਕੇ ਖੜ ਗਿਆ। ਆਹੋ ਇਸ ਤਰ੍ਹਾਂ ਦੇ ਨਾਲ ਕੋਈ ਬਰਮ ਗਿਆਨੀ ਨਾ ਆਇਆ। ਤਿੰਨ ਦਿਨ ਡੌਂਡੀ ਫੇਰਦੇ ਰਹੇ। ਇੱਕ ਫਿਰ ਬਰਮ ਗਿਆਨੀ ਸੀ ਅਸਲੀ, ਉਹ ਆਇਆ। ਫਿਰ ਆ ਕੇ ਨਮਸਕਾਰ ਕਰੀ ਮਹਾਰਾਜ ਜੀ ਨੂੰ। ਮਹਾਰਾਜ ਕਹੇ ਤੂੰ ਬਰਮ ਗਿਆਨੀ ਹੈ? ਕਹਿੰਦਾ ਨਾ ਮਹਾਰਾਜ ਜੀ, ਮੈਂ ਬਰਮ ਗਿਆਨੀ ਤਾਂ ਨਹੀਂ ਹਾਂ, ਪਰ ਇਹ ਰਾਜਾ ਹੈਗਾ ਧਰਮਾਤਮਾ। ਜੇ ਰਾਜੀ ਹੋ ਜਾਵੇ ਨਾ ਇਹ, ਤਾਂ ਫਿਰ ਇਹ ਸਰੀਰ ਹੈ ਨਾਸਵੰਤ, ਮੇਰਾ ਸਰੀਰ ਕੋਹਲੂ ਜੀ ਪੀੜ ਕੇ ਤੇਲ ਕੱਢ ਕੇ ਇਹਦੇ ਮਲ ਦਿਓ। ਅਸਲੀ ਬਰਮ ਗਿਆਨੀ ਆ ਗਿਆ। ਉਹ ਅਹਿਲਕਾਰ ਨੂੰ ਮਹਾਰਾਜ ਜੀ ਨੇ ਆਰਡਰ ਕਰ ਦਿੱਤਾ ਵੀ ਇੱਥੇ ਕਢੌਂਜੇ ਕੱਢ ਦਿਓ। ਅਜੇ ਜਲ ਧਾਰਾ ਕਰਦੇ ਹੁੰਦੇ ਨੇ, ਕਢੌਂਜਾ ਜਿਹਾ ਬਣਾ ਕੇ ਉੱਤੇ ਮੱਠ ਰੱਖ ਦੇਣਾ, ਉਹਦੇ 'ਚ ਗਲੀ ਕੱਢੀ ਹੁੰਦੀ ਆ, ਲੀਰ ਦੇ ਕੇ ਭਰ ਦੇਣਾ। ਉਹ ਫਿਰ ਸਾਧ ਥੱਲੇ ਬਹਿ ਜਾਂਦਾ ਹੁੰਦਾ, ਉਹ ਲੀਰ ਕੱਢ ਦਿੰਦੇ ਨੇ, ਉਹਦੇ ਸਿਰ 'ਚ ਪਈ ਜਾਂਦਾ ਪਾਣੀ। ਉਹ ਹੋਰ ਘੜੇ ਪਾਈ ਜਾਂਦੇ ਨੇ ਜਿਹੜੇ ਹੁੰਦੇ ਨੇ ਪ੍ਰੇਮੀ ਉਹਨਾਂ ਦੇ। ਦੋ ਕਢੌਂਜੇ ਬਣਾਏ, ਸਭ ਕੁਛ ਤਿਆਰ ਹੋ ਗਿਆ। ਜਾਓ ਕਹਿੰਦੇ ਰਾਜੇ ਨੂੰ ਲੈ ਕੇ ਆਓ। ਹੁਣ ਜਿਹੜਾ ਉਤਲਾ ਕਢਾਉਂਦਾ ਸੀ ਉਹਦੇ 'ਤੇ ਤਾਂ ਉਸਨੂੰ ਬਿਠਾਲਿਆ, ਜਿਹੜਾ ਬਰਮ ਗਿਆਨੀ ਸੀ ਉੱਤੇ ਮੱਠ ਰੱਖਿਆ ਤਾਂ ਉਹਦੇ। ਜਿਹੜਾ ਰਾਜਾ ਸੀ ਕੋਹੜੀ, ਉਹ ਥੱਲੇ ਦੇ ਕਢਾਉਂਦੇ 'ਤੇ ਬਾਲਿਆ। ਅਤੇ ਮਹਾਰਾਜ ਕਹਿੰਦੇ ਹੁਣ ਮੱਠ ਦੀ ਲੀਰ ਕੱਢ ਦਿਓ। ਲੀਰ ਕੱਢ ਦਿੱਤੀ, ਉਸ ਬਰਮ ਗਿਆਨੀ ਦੇ ਸਰੀਰ ਨੂੰ ਪਾਣੀ ਲੱਗ ਕੇ ਰਾਜੇ ਨੂੰ ਸਰੀਰ ਨੂੰ, ਰਾਜੇ ਦੇ ਸਰੀਰ ਨੂੰ ਲੱਗਣਾ ਸ਼ੁਰੂ ਹੋਇਆ। ਜਿਉਂ ਜਿਉਂ ਪਾਣੀ ਰਾਜੇ ਦੇ ਸਰੀਰ ਨੂੰ ਲੱਗਦਾ, ਕੋਹੜ ਦੂਰ ਹੁੰਦਾ ਜਾਂਦਾ। ਇਸ ਨੂੰ ਬਰਮ ਗਿਆਨੀ ਕਹਿੰਦੇ ਨੇ। ਕਰੋ ਐਨ ਅਰੋਗ ਹੋ ਗਿਆ ਰਾਜਾ, ਕੰਚਨ ਵਰਗਾ ਸਰੀਰ ਹੋ ਗਿਆ। ਕਹਿੰਦੇ ਭਾਈ ਆ ਬਰਮ ਗਿਆਨੀ ਹੈ,
ਇਹ ਤਾਂ ਪਖੰਡ ਸੀ ਇਹਨਾਂ ਲੋਕਾਂ ਦਾ, ਪਖੰਡ ਦੂਰ ਕਰਨ ਵਾਸਤੇ। ਬ੍ਰਹਮ ਗਿਆਨ ਤਾਂ ਬਹੁਤ ਮੁਸ਼ਕਿਲ ਸੇ ਹੁੰਦਾ ਹੈ। ਇਸ ਤਰ੍ਹਾਂ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੋਂ ਫਿਰ ਅੱਗੇ ਚੱਲ ਪਏ, ਜੰਗਲ ਦੇ ਵਿੱਚ ਬੈਠੇ ਨੇ। ਬਰਸਾਤ ਦੀ ਰੁੱਤ ਆ ਗਈ, ਸਾਲ ਦੇ 12 ਮਹੀਨੇ ਹੁੰਦੇ ਨੇ, ਦੋ ਦੋ ਮਹੀਨੇ ਦੀ ਇੱਕ ਰੁੱਤ ਮੰਨੀ ਆ, ਸਾਉਣ ਭਾਦੋਂ ਚੁਮਾਸਾ ਜੀ ਨੂੰ ਕਹਿੰਦੇ ਨੇ। ਮਹਾਰਾਜ ਜੀ ਰੂਹਾਂ 'ਚ ਜ਼ਿਆਦੇ ਰਹਿੰਦੇ ਸਨ, ਮੀਂਹ ਪੈਂਦਾ ਕਦੇ ਹਟ ਜਾਂਦਾ। ਮਰਦਾਨਾ ਕਹਿੰਦਾ ਮਹਾਰਾਜ ਜੀ ਬਰਸਾਤ ਦੀ ਰੁੱਤ ਹੈ, ਜੇ ਆਪਾਂ ਕਿਸੇ ਨਗਰ ਜਾਂ ਸ਼ਹਿਰ ਪਿੰਡ ਦੇ ਵਿੱਚ ਦੋ ਮਹੀਨੇ ਕੱਟ ਲਈਏ, ਰੂਹਾਂ 'ਚ ਲਈ ਫਿਰਦੇ ਹੋ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਰਦਾਨਿਆ ਤੈਨੂੰ ਐਂ ਭਾਸਦਾ ਵੀ ਰੂਹਾਂ ਚੰਗੀਆਂ ਨਹੀਂ ਲੱਗਦੀਆਂ, ਤੈਨੂੰ ਪਿੰਡ ਚੰਗੇ ਲੱਗਦੇ ਨੇ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਰਦਾਨਿਆ ਇਹ ਤਾਂ ਰੂਹਾਂ ਭਾਗਾਂ ਵਾਲੀਆਂ ਨੇ, ਵਈ ਜੀਨਾਂ ਦੇ ਵਿੱਚ ਬੈਠ ਕੇ ਪਰਮੇਸ਼ੁਰ ਦੇ ਪਿਆਰਿਆਂ ਨੇ ਰੱਬ ਨਾਲ ਸੁਰਤ ਜੋੜੀ ਹੈ, ਇਹ ਰੂਹਾਂ ਤਾਂ ਵਡਿਆਉਣ ਯੋਗ ਨੇ। ਜਿਹਨਾਂ ਨੂੰ ਤੂੰ ਕਹਿਣਾ ਬਈ ਪਿੰਡ ਚੰਗਾ ਹੁੰਦਾ ਹੈ, ਇੱਕ ਆਉਂਦਾ ਸੀ ਪੋਸਟਮੈਨ, ਚਿੱਠੀ ਰਸਾਇਣ ਜੀ ਨੂੰ ਆਪਾਂ ਡਾਕੀਆ ਵੀ ਕਹਿ ਦਿੰਦੇ ਹਾਂ ਸਾਦੇ ਲਫ਼ਜ਼ਾਂ ਦੇ ਵਿੱਚ, ਮੋਢੇ 'ਚ ਥੈਲਾ ਪਾਇਆ ਹੋਇਆ, ਜੋੜਾ ਖੋਲਿਆ, ਛੱਬੜ ਛੱਬੜ ਕਰਦਾ ਆਉਂਦਾ ਪਾਣੀ ਦੇ ਵਿੱਚ ਹੀ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਰਦਾਨਿਆ ਆਹ ਕੌਣ ਆਉਂਦਾ ਬਾਈ? ਕਹਿੰਦਾ ਮਹਾਰਾਜ ਜੀ ਇਹ ਪੋਸਟਮੈਨ ਲੱਗਦਾ ਚਿੱਠੀ ਰਸਾਇਣ ਡਾਕੀਆ, ਵੀ ਇਹ ਪਾਣੀ ਦੇ ਵਿੱਚ ਹੀ ਕੀ ਆਉਂਦਾ, ਇਹਦੀ ਨੌਕਰ ਹੈ, ਇਹ ਨੌਕਰ ਹੈ, ਇਹਦੇ ਬੱਚੇ ਪਾਲਣੇ ਨੇ, ਚਿੱਠੀਆਂ ਪਹੁੰਚਾਉਣੀਆਂ ਨੇ, ਇਸ ਤਰ੍ਹਾਂ ਦੇ ਨਾਲ ਇਹ ਦੇਖਦਾ ਨਹੀਂ ਮੌਸਮ। ਇਹ ਮਹਾਰਾਜ ਕਹਿੰਦੇ ਫਿਰ ਅਸੀਂ ਵੀ ਰੱਬ ਦੇ ਨੌਕਰ ਹਾਂ ਮਰਦਾਨੇ ਹਾਂ, ਅਸੀਂ ਵੀ ਜਗ੍ਹਾ ਜਗ੍ਹਾ ਜਿਹੜੇ ਲੋਕ ਨੇ ਜਿਹੜੇ ਭੁੱਲੇ ਹੋਏ ਨੇ ਰੱਬ ਨੂੰ, ਉਹਨਾਂ ਨੂੰ ਰਸਤਾ ਜਣਾਉਣਾ, ਉਹਨਾਂ ਨੂੰ ਸੰਦੇਸ਼ ਦੇਣਾ, ਅਸੀਂ ਕਿਵੇਂ ਟਿੱਕ ਕੇ ਬੈਠ ਜਾਈਏ? ਮਹਾਰਾਜ ਦੇ ਅੱਖਾਂ ਦੇ ਵਿੱਚੋਂ ਦੋ ਟੇਪੇ ਡਿੱਗੇ, ਚਿਹਰੇ ਉੱਤੇ ਰੂਹਾਨੀ ਨੂਰ ਆਇਆ। ਮਰਦਾਨੇ ਨੂੰ ਕਹਿੰਦੇ ਰਵਾਬ ਚੱਕ, ਇਹੋ ਫਿਰ ਉਹਨਾਂ ਨੇ ਸ਼ਬਦ ਉਚਾਰਨ ਕਰਿਆ। ਤਉ ਦਰਸ਼ਨ ਕੇ ਤਾਈ ਪਿਆ ਦੀਵਾਨਾ, ਪਿਆ ਦੀਵਾਨਾ। ਚੱਲ ਤੈਨੂੰ ਘੁੱਗ ਵਸੋਂ ਦਿਖਾ ਲਈਏ, ਮੁਕਾਬਲਾ ਕਰ ਲਈ ਘੁੱਗ ਵਸੋਂ ਦਾ ਰੋਈਆਂ ਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਉੱਠ ਖੜੇ, ਮਰਦਾਨੇ ਨੇ ਆਪਣਾ ਚੌਰ ਚੱਕ ਲਿਆ,
ਮਰਦਾਨੇ ਨੇ ਰਵਾਬ ਮੋਢੇ ਚ ਪਾ ਲਿਆ ਮੂਹਰੇ ਮਹਾਰਾਜ ਜੀ ਪਿੱਛੇ, ਕਿਤੇ ਪਾਣੀ ਜੋੜੇ ਖੋਲਦੇ ਨੇ ਕਿਤੇ ਪਾ ਲੈਂਦੇ ਨੇ। ਸਾਰਾ ਦਿਨ ਤੁਰੇ ਚਲੇ ਗਏ, ਸਾਹਮਣੇ ਇੱਕ ਪਿੰਡ ਦੇਖਿਆ। ਪਿੰਡ ਕਿਹਨਾਂ ਦਾ? ਉਹ ਪਿੰਡ ਆ ਠੱਗਾਂ ਦਾ। ਅਲਫ ਤੋਂ ਇਹ ਤਾਂ ਸਾਰੇ ਠੱਗ ਹੀ ਠੱਗ ਨੇ, ਬੁੜੀਆਂ ਵੀ ਠੱਗਣੀਆਂ। ਆਹ ਇਸ ਤਰ੍ਹਾਂ ਦੇ ਨਾਲ ਦੇਖਿਆ ਉਹਨਾਂ ਨੇ, ਬੜੇ ਬੜੇ ਜਿਹੜੇ ਚੌਧਰੀ ਠੱਗਤੀ ਵਿੱਚ, ਜਿਵੇਂ ਆਹ ਬਲੈਕੀਏ ਨੇ, ਬਲੈਕੀਏ ਇਹ ਬਲੈਕੀਏ ਵੀ ਬੜੇ ਚੌਧਰੀ ਨੇ। ਆਹ ਇਸ ਤਰ੍ਹਾਂ ਦੇ ਨਾਲ ਸਾਹਮਣੇ ਖੜ ਗਏ, ਹੱਥ ਬੰਨ ਕੇ ਵੀ, ਤਿੰਨ ਮੁਸਾਫਰ ਆ ਗਏ ਹਿੜਕੇ ਸਾਡੇ ਅੱਜ, ਤੇ ਇਹਨਾਂ ਕੋਲ ਮਾਲ ਵਤਾ ਤਾਂ ਕੋਈ ਹੈ ਨੀ ਬਹੁਤਾ, ਤੇ ਇਹਨਾਂ ਦੇ ਚਿਹਰੇ ਬੜੇ ਚਮਕਦੇ ਨੇ, ਇਹਨਾਂ ਕੋਲ ਹੀਰੇ ਨੇ, ਹੀਰੇ ਜਿਹੜਾ ਹੀਰਾ ਇਹਨਾਂ ਕੋਲ ਆ ਉਹ ਤੁਸੀਂ ਨਹੀਂ ਲੈ ਸਕਦੇ। ਜਿਹੜਾ ਮਹਾਤਮਾ ਕੋ, ਗੁਰੂਆਂ ਕੋ ਹੀਰਾ ਹੁੰਦਾ ਨਾ ਨਾਮ ਰੂਪੀ, ਉਹ ਤਾਂ ਕੋਈ ਜਗਿਆਸੂ ਅਧਿਕਾਰੀ ਲਵੇਗਾ, ਤੁਸੀਂ ਨਹੀਂ ਲੈ ਸਕਦੇ। ਆਓ ਭਾਗਤ ਬੜੀ ਕਰ ਦਿੰਦੇ ਨੇ, ਇਹ ਠੱਗ ਜੇ ਹੁੰਦੇ ਨੇ ਨੌਸਰਵਾਜ, ਦੇਖ ਲਓ ਆਦਮੀ ਨੂੰ ਭੁਲਾ ਕੇ ਠੱਗ ਲੈਂਦੇ ਨੇ, ਖਨੀ ਇਹਨਾਂ ਦੀ ਜਵਾਨ ਚ ਕੋਈ ਐਸਾ ਹੀ ਰਸ ਹੈ। ਆਓ ਜੀ ਆਓ ਜੀ ਬੈਠੋ ਜੀ, ਲੈ ਗਏ ਬੈਠਕ ਦੇ ਵਿੱਚ, ਬਹਾਲ ਦਿੱਤਾ ਮਹਾਰਾਜ ਜੀ ਨੂੰ, ਬਾਲਾ ਮਰਦਾਨਾ ਥੱਲੇ ਬੈਠ ਗਏ ਤੇ ਬਹੁਤ ਨੱਠੇ ਭੱਜੇ ਫਿਰਦੇ ਨੇ। ਕਹਿਣ ਲੱਗੇ ਜੀ ਪੰਜ ਇਸ਼ਨਾਨਾ ਕਰਨਾ, ਗਰਮ ਪਾਣੀ ਲਿਆਈਏ, ਚਾਹ ਪਾਣੀ ਛਕਣਾ ਲਿਆਈਏ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਅਸੀਂ ਤਾਂ ਕੁਛ ਨਹੀਂ ਛਕਣਾ, ਵੀ ਇਸ਼ਨਾਨ ਕਰਨਾ ਜਲ ਪਾਣੀ ਗਰਮ ਜਲ ਲਿਆਈਏ। ਕਹਿੰਦੇ ਅਸੀਂ ਤਾਂ ਇਸ਼ਨਾਨ ਵੀ ਨਹੀਂ ਕਰਨਾ, ਘਰੇ ਗੱਲਾਂ ਬਾਤਾਂ ਹੁੰਦੀਆਂ ਨਹੀਂ, ਜਾਂ ਹਨੇਰਾ ਹੋ ਗਿਆ। ਹਨੇਰਾ ਹੋਣ ਤੇ ਉਹ ਆਏ ਫਿਰ ਮੁਖੀ ਮੁਖੀ ਠੱਗ, ਕਹਿੰਦੇ ਮਹਾਰਾਜ ਜੀ ਪ੍ਰਸ਼ਾਦਾ ਪਾਣੀ ਛਕਣਾ ਇੱਥੇ ਲਿਆਈਏ ਕਿ ਰਸੋਈ 'ਚ ਜਾ ਕੇ ਛਕਣਾ? ਮਹਾਰਾਜ ਕਹਿੰਦੇ ਅਸੀਂ ਤਾਂ ਪ੍ਰਸ਼ਾਦਾ ਵੀ ਨਹੀਂ ਛਕਣਾ ਹੈ। ਖੈਰ ਉਹ ਬਾਹਰ ਨਿਕਲ ਗਏ, ਬਾਹਰ ਉਹ ਕਹਿੰਦੇ ਵੀ ਇਹ ਜਿਹੜਾ ਕੁਛ ਛਕਦੇ ਨਹੀਂ, ਇੱਕ ਤੇ CID ਨਾ ਹੋਣ ਗਵਰਨਮੈਂਟ ਦੇ, ਕਿਤੇ ਸੂਝੇ ਨਾ ਹੋਣ। ਉਹ ਕਹਿੰਦੇ ਚਾਹੇ ਕੁਛ ਹੋਣ, ਅਸੀਂ ਇਹਨਾਂ ਨੂੰ ਛੱਡਾਂਗੇ ਨਹੀਂ, ਨੂੜ ਕੇ ਮਾਰ ਦਿਆਂਗੇ। ਜਾਂ ਉਹ ਬਾਹਰ ਸਲਾਹਾਂ ਕਰਦੇ ਨੇ ਲੱਜਾਂ ਲੁੱਜਾਂ ਦੀ। ਮਰਦਾਨਾ ਕਹਿੰਦਾ ਮਹਾਰਾਜ ਜੀ ਤੁਸੀਂ ਹਰ ਇੱਕ ਚੀਜ਼ ਨੂੰ ਜਵਾਬ ਦੇਈ ਜਾਂਦੇ ਹੋ, ਮੈਨੂੰ ਤਾਂ ਭੁੱਖ ਲੱਗੀ ਆ, ਮੈਨੂੰ ਤਾਂ ਮੰਗਾ ਦਿਓ ਕੁਛ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਰਦਾਨਿਆ ਅਸੀਂ ਤਾਂ ਤੈਨੂੰ ਘੁੱਗ ਵਸੋਂ ਦਿਖਾੜਦੇ ਹਾਂ। ਉਹ ਮਰਦਾਨਿਆ ਇਹ ਤਾਂ ਠੱਗ ਨੇ ਸਾਰੇ, ਜਿਹੜੀ ਚੀਜ਼ ਆਪਾਂ ਨੂੰ ਦੇਣਗੇ ਨਾ ਇਹ ਵਿਉਹ ਪਾ ਕੇ ਦੇਣਗੇ, ਤਾਂ ਆਪਾਂ ਨੂੰ ਖਤਮ ਕਰਨ ਨੂੰ ਫਿਰਦੇ ਨੇ, ਤੂੰ ਰਵਾਬ ਚੱਕ ਕੇ ਨਾ। ਮਰਦਾਨੇ ਨੇ ਰਵਾਬ ਚੱਕ ਕੇ ਮੋਢੇ ਦੇ ਨਾਲ ਲਾਇਆ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਉਹ ਸ਼ਬਦ ਉਚਾਰਨ ਕਰਿਆ ਬੜੋ ਪ੍ਰੇਮ ਦੇ ਨਾਲ। ਫਿਰ ਦੇ ਠਗਵਾੜੇ ਉਹ ਦੇਖੀ Thank you.
ਇੰਨੀ ਠੱਗੀ ਜਗ ਠੱਗਿਆ ਕਿਸੇ ਨਾ ਰੱਖੀ ਲੱਜ ਇਹਨਾਂ ਠੱਗਣ ਠੱਗ ਸੇ ਗੁਰ ਕੀ ਪੈਰੀ ਪਾਏ ਆਏ ਮਰਦਾਨਿਆ ਇਹਦਾ ਠੱਗਾਂ ਦਾ ਪਿੰਡ ਹੈ ਐਸਾ ਹੀ ਕਲਾਮ ਐਸੀ ਆਤਮਕ ਆਵਾਜ਼ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਨੁਭਵ ਦੇ ਵਿੱਚੋਂ ਉਚਾਰਨ ਕਰੀ ਇੱਕ ਪਰਮੇਸ਼ਰ ਦੀ ਮਾਇਆ ਉਹ ਜਿਤਨਾ ਪਿੰਡ ਦੀ ਸਮੇਤ ਨਿਆਣਿਆਂ ਦੇ ਉਹ ਸੌਂਗੇ ਜਿਵੇਂ ਸੁਸਰੀਆਂ ਪਈਆਂ ਹੁੰਦੀਆਂ ਨੇ ਸਾਰੀਆਂ ਵਿਉਂਤਾਂ ਭੁੱਲ ਗਏ ਮਹਾਰਾਜ ਜੀ ਵਿਰਾਜ ਗਏ ਸਮਾਂ ਖੜਦਾ ਨਹੀਂ ਲੱਗਦਾ ਚਲਿਆ ਗਿਆ 2 ਵੱਜ ਗਏ 2 ਵਜੇ ਦਾ ਟਾਈਮ ਆ ਗਿਆ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਵਾਲਾ ਮਰਦਾਨਾ ਇਸ਼ਨਾਨ ਦਾ ਟਾਈਮ ਹੋ ਗਿਆ ਹੁਣ ਆਪਾਂ ਦੇਖ ਲਓ ਕਾਏ ਵਜੇ ਉੱਠਦੇ ਹਾਂ ਪੱਗਾਂ ਜੀ ਦਾ ਬੜੀਆਂ ਪੋਚਦੇ ਹਾਂ ਪਰ ਆਪਣੇ ਕਰਮ ਕਿਹੜੇ ਨੇ ਸਿੱਖਾਂ ਵਾਲੇ ਨੇ ਕਰਮ ਆਪਣੇ ਮਹਾਰਾਜ ਕਹਿਣ ਲੱਗੇ ਭਾਈ ਅੰਮ੍ਰਿਤ ਵੇਲਾ ਹੋ ਗਿਆ ਇਸ਼ਨਾਨ ਕਰਕੇ ਪਰਮੇਸ਼ਰ ਦੀ ਬੰਦਗੀ ਕਰਨ ਦਾ ਉੱਠੋ ਇਸ਼ਨਾਨ ਕਰੀਏ ਬਾਲਾ ਮਰਦਾਨਾ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠਕ ਦੇ ਵਿੱਚੋਂ ਬਾਹਰ ਨਿਕਲੇ ਬਾਹਰ ਚਲੇ ਗਏ ਖੂਤੇ ਗੜਵੀ ਡੋਰੀ ਗੜਵਾ ਨਾਲ ਰੱਖਦੇ ਸਨ ਇਸ਼ਨਾਨ ਕਰਿਆ ਇਸ਼ਨਾਨ ਕਰਕੇ 2 ਵਜੇ ਦਾ ਟਾਈਮ ਸੀ ਪਿੰਨੀ ਪਿੰਨੀ ਤੇਲ ਪੈ ਰਹੀ ਹੈ ਠੰਡੀ ਠੰਡੀ ਹਵਾ ਰੁਕਦੀ ਹੈ ਮਹਾਰਾਜ ਜੀ ਨੇ ਫਿਰ ਉੱਥੇ ਸ਼ਬਦ ਉਚਾਰਨ ਕਰਿਆ ਪਿੰਨੀ ਰੈਨੜੀਏ ਚਮਕਣ ਤਾਰੇ ਕੋਈ ਜੱਗ ਕੌਣ ਸੰਤ ਜਨਾ ਮੇਰੇ ਰਾਮ ਪਿਆਰੇ ਬੜੋ ਪ੍ਰੇਮ ਚਮਕਣ ਤਾਰੇ ਜੀ ਕੇ ਪਿੰਨੀ ਪਿੰਨੀ Thank you.
ਪਿੰਡੇ ਜੋ ਖੋਜੇ ਸੋ ਪਾਵੇ। ਹੁਣ ਆਪਾਂ ਨੂੰ ਆਕਾਸ਼ ਦੇ ਵਿੱਚ ਤਾਰੇ ਚਮਕਦੇ ਦੀਂਹਦੇ ਨੇ, ਇਹੀ ਤਾਰੇ ਆਪਣੇ ਅੰਦਰ ਵੀ ਚਮਕਦੇ ਨੇ, ਪਰ ਖੋਜ ਕਰਨੀ ਪਵੇਗੀ। ਖੋਜ ਜਦ ਇਹ ਗੁਰੂ ਵਾਲਾ ਬਣੇਗਾ, ਸੁਰਤ ਇਸ ਦੀ ਨਾਮ ਨਾਲ ਜੁੜ ਜਾਵੇਗੀ, ਨਾਮ ਰੂਪ ਨੂੰ ਛੱਡ ਦੇਵੇਗੀ। ਜਿੱਥੇ ਅੱਖਾਂ ਨੱਕ ਦੀ ਜੜ ਹੈ ਨਾ, ਉੱਥੇ ਵੀਰੇ ਟਿਕਾਉਣੀ ਸ਼ੁਰੂ ਕਰੇਗਾ। ਕਈ ਪ੍ਰੇਮੀ ਜੁਗਤੀਆਂ ਪੁੱਛਦੇ ਨੇ, ਲੈ ਹੁਣ ਤੁਹਾਨੂੰ ਜੁਗਤੀਆਂ ਹੀ ਦੱਸਦਾ ਮੈਂ, ਟਿਕਾਉਣਾ ਤੁਹਾਡਾ ਫਰਜ਼ ਹੈ। ਪਹਿਲਾਂ ਤਾਂ ਨਾਮ ਰੂਪ ਨੂੰ ਛੱਡਣਾ, ਜੇ ਤੁਸੀਂ ਨਾਮ ਰੂਪ ਨੂੰ ਨਾ ਛੱਡਿਆ ਨਾ, ਕਦੇ ਤੁਹਾਨੂੰ ਵਸਤਾ ਨਹੀਂ ਪ੍ਰਾਪਤ ਹੋਣੀ ਹੈ। ਕਹਿ ਦੱਸ ਦਿੰਦੇ ਜੁਗਤੀ ਦੱਸ ਦਿਓ ਜੀ ਸਾਨੂੰ, ਜੁਗਤੀ ਕਮਾਉਣੀ ਬੜੀ ਔਖੀ ਆ ਗੁਰਮੁਖ। ਔਰ ਇਸ ਤਰ੍ਹਾਂ ਦੇ ਨਾਲ ਜਾ ਨਾਮ ਰੂਪ ਛੱਡੂਗਾ ਮਨ, ਪਹਿਲਾਂ ਤਾਂ ਆਪਾਂ ਨੂੰ ਇਵੇਂ ਨਹੀਂ ਪਤਾ ਨਾਮ ਰੂਪ ਕੀ ਹੁੰਦਾ, ਹੋਰ ਆਪਾਂ ਗਾਹਾਂ ਕੀ ਕਰਨਾ। ਜਦ ਇਸਦਾ ਮਨ ਹੈ ਜਿਹੜੀ ਸੁਰਤ ਹੈ, ਉਸ ਨੂੰ ਤੀਸਰਾ ਤਿਲ ਵੀ ਕਹਿੰਦੇ ਨੇ, ਸ਼ਿਵ ਨੇਤਰ ਵੀ ਕਹਿੰਦੇ ਨੇ, ਉਸ ਨੂੰ ਨਿਰਤ ਵੀ ਕਹਿੰਦੇ ਨੇ ਉਸ ਜਗ੍ਹਾ ਨੂੰ। ਜਾਂ ਉੱਥੇ ਫਿਰ ਅਭਿਆਸ ਕਰੇਗਾ ਨਾਮ ਦਾ, ਫਿਰ ਨਾਮ ਹੀ ਰਹਿ ਜਾਏਗਾ ਉੱਥੇ, ਨਾਮ ਦੇ ਵਿੱਚੋਂ ਇਹ ਚੀਜ਼ਾਂ ਨਿਕਲਣਗੀਆਂ। ਫਿਰ ਨਾਮ ਕੇ ਧਾਰੇ ਸਗਲੇ ਜੰਤ, ਪੜ੍ਹੀਆ ਸੁਖਮਨੀ ਸਾਹਿਬ। ਅਤੇ ਫਿਰ ਉੱਥੇ ਕਹਿੰਦੇ ਪ੍ਰਕਾਸ਼ ਹੋਵੇਗਾ, ਪ੍ਰਕਾਸ਼ ਇਹ ਜਿਹੜਾ ਤੀਸਰਾ ਨੇਤਰਾਂ ਦੇ ਤੀਸਰਾ ਤਿਲ ਕਹਿੰਦੇ ਨੇ, ਆਏ ਤਾਂ ਅੱਖਾਂ ਨੇ ਨਾ ਜਿਹੜੀਆਂ, ਇਹ ਬਾਹਰਲੇ ਪਦਾਰਥ ਬਾਹਰਲੇ ਤਾਰੇ ਦੇਖਦੀਆਂ ਨੇ, ਅੰਦਰਲੇ ਨਹੀਂ ਇਹ ਦੇਖ ਸਕਦੀਆਂ। ਅੰਦਰਲੇ ਤਾਰੇ ਜੇ ਦੇਖਣੇ ਨੇ, ਜੇ ਅੰਦਰਲਾ ਪ੍ਰਕਾਸ਼ ਦੇਖਣਾ, ਤਾਂ ਫਿਰ ਉਹ ਅੱਖ ਸਾਧਨਾ ਕਰਕੇ ਉਹ ਪੈਦਾ ਕਰਨੀ ਪਵੇਗੀ। ਦੱਸਿਆ ਨਾ, ਛੇ ਅੱਖਣੀਆਂ ਬਿਆਨ ਗੁਰੂ ਸਾਹਿਬ ਜੀ ਆਪਾਂ ਨੂੰ ਉਪਦੇਸ਼ ਕਰਦੇ ਨੇ, ਜਿਨ੍ਹਾਂ ਦਸੰਦੋ ਮਾਂ ਪਿਰੀ, ਜਾਣੀ ਜਿਹੜਾ ਰੱਬ ਦਾ ਦੇਸ਼ ਹੈ ਨਾ, ਜਿੱਥੇ ਰੱਬ ਵੱਸਦਾ ਹੈ, ਜਿਹੜੇ ਉਹਦੇ ਮੰਡਲ ਨੇ, ਉਹਨਾਂ ਦੀ ਨੇ ਦੇਖਣੇ ਨੇ ਪ੍ਰਕਾਸ਼। ਉਹ ਕਹਿੰਦੇ ਅੱਖਾਂ ਪੈਦਾ ਕਰੋ ਪਹਿਲਾਂ ਅਭਿਆਸ ਦੁਆਰਾ, ਬੜੋ ਪ੍ਰੇਮ ਦੇ ਨਾਲ। ਬਾਹਰਲਾ ਖਾਸਾ ਵਾਧਾ ਹੋਰ ਹੈ, ਦੇਖੋ ਗੁਲਾਬੀ ਖਾਲੀ ਜਾਂ ਮੁਸ਼ਕ ਨਹੀਂ। Thank you.
ਨੇ ਗੁਰਬਾਣੀ ਦੇ ਵਿੱਚ ਆਪਾਂ ਨੂੰ ਚੇਤਾਵਨੀ ਕਰਾਈ ਹੈ ਵੀ ਐ ਗੁਰਸਿੱਖ, ਜੇ ਤੂੰ ਅਵਸਥਾ ਪ੍ਰਾਪਤ ਕਰਨੀ ਚਾਹੁੰਦਾ ਹੈ, ਨਾ ਦੁਆਰੇ ਕਾਇਆ ਕੋਟ ਹੈ, ਆ ਸਰੀਰ ਹੈ ਜਿਹੜਾ, ਇਹਦੇ ਨੌ ਦਰਵਾਜ਼ੇ ਨੇ, ਇੱਕ ਇਹਦਾ ਦਰਵਾਜ਼ਾ ਹੋਰ ਹੈ ਦਸਵਾਂ, ਉਹ ਹੈ ਗੋਤ, ਉਹ ਹੈ ਅੱਖਾਂ ਦੇ ਪਿਛਲੇ ਪਾਸੇ ਆ, ਉਹ ਅੱਜ ਤਾਂ ਸਾਹਮਣੇ ਨੇ ਨਾ ਆਪਾਂ ਨੂੰ ਦੀਏ ਨੇ ਸਾਰੇ, ਉਹ ਇਹਨਾਂ ਇੰਦਰੀਆਂ ਨੂੰ ਨਹੀਂ ਦੀਂਦਾ ਹੈ, ਨਹੀਂ ਉਹਨੂੰ ਦੇਖਣ ਵਾਲੀ ਤਾਂ ਹੋਰ ਚੀਜ਼ ਹੈ। ਨੌ ਦੁਆਰੇ ਕਾਇਆ ਕੋਟ ਹੈ, ਦਸਵਾਂ ਗੁਪਤ ਰਖੀਜਾ, ਵਜਰ ਕਪਾਟ ਨਾ ਖੁੱਲਣੀ, ਕਹਿੰਦੇ ਪੱਥਰ ਦੇ ਤਖਤੇ ਲੱਗੇ ਹੋਏ ਨੇ ਉੱਥੇ, ਦੇਖ ਲਓ ਉਹਨਾਂ ਨੂੰ ਤੋੜਨਾ, ਉਹਨਾਂ ਨੂੰ ਘਸਾਉਣਾ। ਗੁਰਸਿੱਖਾਂ ਨੇ ਬੇਨਤੀ ਕਰੀ, ਮਹਾਰਾਜ ਜੀ ਫਿਰ ਇਉਂ ਦੱਸੋ ਖੁੱਲ੍ਹ ਵੀ ਸਕਦੇ ਨੇ? ਮਹਾਰਾਜ ਕਹਿੰਦੇ ਹਰ ਇੱਕ ਚੀਜ਼ ਦੀ ਦਵਾਈ ਹੈ, ਹਰ ਇੱਕ ਬਿਮਾਰੀ ਦੀ ਦਵਾਈ ਹੈ, ਵਜਰ ਕਪਾਟ ਨਾ ਖੁੱਲ੍ਹਣੀ, ਗੁਰ ਸ਼ਬਦ ਕਲੀਜੈ, ਗੁਰੂ ਦੇ ਸ਼ਬਦ ਦਾ ਅਭਿਆਸ ਕਰੋ, ਉਸ ਜਗ੍ਹਾ 'ਚ ਟਿਕਾ ਕੇ ਨਾਮ ਰੂਪ ਨੂੰ ਛੱਡ ਕੇ ਦੇਖੋ ਖੁੱਲ੍ਹਦਾ ਕਿ ਨਹੀਂ, ਕਿਵੇਂ ਫਿਰ ਤਾਰੇ, ਤਾਰਾ ਤਾਂ ਕਿਤੇ ਰਹਿ ਗਿਆ, ਉੱਥੇ ਤਾਂ ਫਿਰ ਸੂਰਜ ਉਹਨੂੰ ਵੀ ਗੇੜੇ ਖਾਣਗੇ। ਪੜ੍ਹੋ ਬਰੇ ਉਹਨਾਂ ਦਰਵਾਜ਼ੇ ਪੱਥਰਾਂ ਦੇ ਪਿਆਰਿਓ ਨਹੀਂ ਹੈ। ਗੁਰੂ ਸਾਹਿਬ ਨੇ ਕੋਈ ਸ਼ੰਕਾ ਛੱਡਿਆ ਹੀ ਨਹੀਂ ਸਿੱਖ ਵਾਸਤੇ। ਸੂਖ ਮਹਿਲ ਜਾ ਕੇ ਊਚ ਦੁਆਰੇ ਆਏ ਨੀ, ਪੱਥਰਾਂ ਦੀਆਂ ਇੱਟਾਂ ਨਹੀਂ, ਉਹ ਤਾਂ ਸੂਖਮ ਨੇ, ਜਿਹੜਾ ਆਪਣੀ ਸੁਰਤ ਆ ਇਹ ਵੀ ਸੂਖਮ ਹੈ, ਜਿਹੜਾ ਅੱਗੇ ਪਰਮੇਸ਼ਰ ਹੈ ਉਹ ਵੀ ਸੂਖਮ ਹੈ, ਤੇ ਉਹਦਾ ਫਿਰ ਜਿਹੜਾ ਵਿਧਾਨ ਹੈ ਉਹ ਵੀ ਸੂਖਮ ਹੈ, ਜਿਹੜੇ ਉਹਦੇ ਮਹਿਲ ਨੇ ਉਹ ਵੀ ਸੂਖਮ ਨੇ। ਸੂਖ ਮਹਿਲ ਜਾ ਕੇ ਊਚ ਦੁਆਰੇ ਤਾਵੇਂ ਵਾਸਾ ਭਗਤ ਪਿਆਰੇ, ਸਹਿਜ ਕਥਾ ਪ੍ਰਭ ਕੀ ਅਤ ਮੀਠੀ, ਬਿਰਲੇ ਕਾਹੂ ਸਾਰਿਆਂ ਨੇ ਨਹੀਂ। ਜੀ ਤਾਂ ਮੇਰਾ ਵੀ ਕਰਦਾ ਵੀ ਹੋ ਜਾਵੇ ਰੋਸ਼ਨੀ, ਪਰ ਮਿਹਨਤ ਕੌਣ ਕਰੂਗਾ? ਬੁੜਾ ਤੁਹਾਡਾ ਮਿਹਨਤ ਕਰੋਗੇ, ਜਿਵੇਂ ਹੁਣ ਆਪ ਪਦਾਰਥ ਪੈਦਾ ਕਰਦੇ ਹੋ ਇਹ ਵੀ ਮਿਹਨਤ ਦੁਆਰਾ ਹੀ ਹੋਏ ਨੇ ਨਾ, ਰੱਬੀ ਜੋ ਪਦਾਰਥ ਨੇ ਉਹ ਵੀ ਮਿਹਨਤ ਦੁਆਰਾ ਹੀ ਪੈਦਾ ਹੋਣਗੇ। ਮਹਾਂਪੁਰਖ ਸਾਰੀ ਜ਼ਿੰਦਗੀ ਸਾਧਨਾ ਕਰਦੇ ਨੇ, ਤਦ ਜਾ ਕੇ ਉਹ ਅਵਸਥਾ ਪ੍ਰਾਪਤ ਹੁੰਦੀ ਹੈ। ਇਵੇਂ ਤਾਂ ਹੈ ਹੀ ਨਹੀਂ ਵੀ ਉੱਥੋਂ ਬਾਹਰ ਤੋਂ ਭੂਰਾ ਲਾ ਲੈਣਾ, ਕੋਈ ਵਸਤੂ ਬਗੈਰ ਮਸ਼ਕਤ ਤੇ ਪ੍ਰਾਪਤ ਨਹੀਂ ਹੋਵੇਗੀ, ਚਾਹੇ ਪਰਮਾਰਥ ਹੈ ਚਾਹੇ ਵਿਹਾਰ ਹੈ। ਆਹ ਇਸ ਤਰ੍ਹਾਂ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ਼ਨਾਨ ਕਰਿਆ, ਪਣਗ ਤੇ ਆ ਕੇ ਸਮਾਧੀ ਲਾ ਕੇ ਬੈਠ ਗਏ। ਮਰਦਾਨੇ ਨੂੰ ਹੁਕਮ ਸੀ, ਆਸਾ ਦੀ ਵਾਰ ਦਾ ਸਪੂਰਨ ਕੀਰਤਨ ਕਰਦਾ ਹੁੰਦਾ ਸੀ ਉਹ,
ਕਦੇ ਤੇਰੀ ਇਸੇ ਜੀ ਕਲਿਆਣ ਹੈ ਬਸ। ਪ੍ਰਭਾਵ ਚੱਕਿਆ ਮਰਦਾਨੇ ਨੇ ਆਸਾ ਦੀ ਵਾਰ, ਆਸਾ ਰਾਗ ਦੀਆਂ ਧੁਨਾਂ ਦੇ ਵਿੱਚ ਸ਼ੁਰੂ ਕਰ ਦਿੱਤੀ। ਆਸਾ ਦੀ ਵਾਰ ਦਾ ਭੋਗ ਟਿੱਕੀ ਚੜ੍ਹਨ ਸਾਰ ਪਾ ਦਿੰਦੇ ਸੀ। ਹੁਣ ਆਪਾਂ 10 ਵਜੇ ਆ ਕੇ ਬਾਜੇ ਖੋਲਦੇ ਹਾਂ, 10 ਵਜੇ ਆ ਕੇ ਬਾਜੇ ਖੋਲਦੇ ਹਾਂ, ਫਿਰ ਆਸਾ ਦੀ ਵਾਰ ਸ਼ੁਰੂ ਕਰਦੇ ਹਾਂ। ਦੱਸੋ ਹੁਣ ਫਿਰ ਕਿਵੇਂ ਵੀ ਦਿਖਾ ਜੇ ਕੀ ਗੱਲ। ਟਿੱਕੀ ਚੜ੍ਹਦੀ ਸਾਰ ਭੋਗ ਪੈ ਜਾਂਦਾ ਸੀ, ਭੋਗ ਪੈ ਗਿਆ। ਮਹਾਰਾਜ ਜੀ ਸਮਾਧਿਸ਼ ਬੈਠੇ ਨੇ, ਕੋਈ ਨੀ, ਉਹ ਤਾਂ ਪਏ ਨੇ ਹੁਣ ਮਾਇਆ ਦੇ ਅਧੀਨ। ਮਰਦਾਨਾ ਮਹਾਰਾਜ ਦੇ ਚਿਹਰੇ ਕੰਨੀ ਦੇਖਦਾ ਵੀ ਨੇਤਰ ਖੋਲਣ ਤਾਂ ਕੋਈ ਗੱਲਬਾਤ ਕਰੀਏ। ਮਹਾਰਾਜ ਜੀ ਨੇ ਨੇਤਰ ਖੋਲੇ, ਮਰਦਾਨੇ ਨੂੰ ਪੁੱਛਿਆ, ਮਰਦਾਨੇ ਆ ਉਹ ਏਡੀ ਉੱਚੀ ਉੱਚੀ ਕੀਰਤਨ ਹੋਇਆ, ਸਰੋਤਾ ਇੱਥੇ ਕੋਈ ਨੀ ਦੀਦਾ। ਕਹਿੰਦਾ ਮਹਾਰਾਜ ਜੀ ਕੋਈ ਨੀ ਆਇਆ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਚੰਗਾ ਫਿਰ ਆਵਾਬ ਉਠਾ, ਇਹ ਤਾਂ ਨਿਭਾਗੇ ਲੋਕ ਨੇ, ਇਹ ਲਾਭ ਨਾ ਉਠਾ ਸਕੇ ਬਾਣੀ ਦਾ। ਪੜੋ ਵੀਰੇ ਦੇ ਮਹਾਰਾਜ ਜੀ ਮੂਹਰੇ ਬਾਲਾ ਮਰਦਾਨਾ ਪਿੱਛੇ ਜਦ ਜੂ ਚ ਹੀ ਜਾਂਦੇ ਨੇ, ਮਹਾਰਾਜ ਜੀ ਨੇ ਮਾਇਆ ਚੱਕਤੀ ਉਹਨਾਂ ਤੋਂ, ਭੱਜੇ ਫਿਰਦੇ ਨੇ ਇੱਧਰ ਉੱਧਰ। ਪਹਿਲਾਂ ਤਾਂ ਬੈਠਕ ਨੂੰ ਭੱਜ ਕੇ ਆਏ, ਖਾਲੀ ਪਈ ਆ। ਜਿਹੜੇ ਬੜੇ ਬੜੇ ਮੁਖੀ ਠੱਗ ਕਹਿੰਦੇ ਨੇ ਵੀ ਆਪਣਾ ਤਾਂ ਪਰਣ ਭੰਗ ਹੋ ਗਿਆ, ਇਹਦਾ ਕੋਈ ਜਾਦੂਗਰ ਸਨ ਐਸਾ ਇਹਨਾਂ ਨੇ ਜਾਦੂ ਆਵਾਜ਼ ਜੀ ਮਾਰੀ, ਆਪਾਂ ਨੂੰ ਪਤਾ ਹੀ ਨਹੀਂ ਲੱਗਿਆ। ਤਕੜੇ ਉਹ ਮੁੰਡੇ ਜਵਾਨ ਡਾਂਗਾਂ ਲੈ ਕੇ ਭੱਜੋ, ਕਿਤੇ ਨੇੜੇ ਹੀ ਜਾਂਦੇ ਹੋਣਗੇ, ਪੈਦਲ ਹੀ ਜਾਂਦੇ ਸੀ ਲੋਕ ਜਦ ਭੱਜੇ ਜੀ। ਚਾਰ ਮੁੰਗੇ ਮੋਢਿਆਂ ਤੇ ਡਾਂਗਾਂ ਨੇ ਜਦ ਨੇੜੇ ਆ ਗਏ, ਮਰਦਾਨਾ ਪਿੱਛੇ ਨੂੰ ਝਾਕਿਆ, ਕਹਿੰਦਾ ਮਹਾਰਾਜ ਜੀ ਇਹਨਾਂ ਦੇ ਤਾਂ ਤੌਰ ਠੀਕ ਨਹੀਂ ਲੱਗਦੇ, ਤੌਰ ਨਹੀਂ ਇਹਨਾਂ ਦੇ ਠੀਕ। ਗੁਰੂ ਨਾਨਕ ਦੇਵ ਕਹਿਣ ਲੱਗੇ ਮਹਾਰਾਜ ਮਰਦਾਨੇ ਆ,
ਉਹ ਸਾਡੇ ਹੁੰਦੇ ਆ ਤੇਰਾ ਕੋਈ ਬਾਲ ਨਹੀਂ ਵਿੰਗਾ ਕਰ ਸਕਦਾ। ਦੋ ਕਰਤਾਰ ਦੇ ਰੰਗ ਦੇਖ ਕੀ ਖਿੜਦੇ ਨੇ ਬੜੋ ਬਰੇਨ ਦੇ ਨਾਲ ਦੇਖ ਮਰਦਾਨੇ ਆ ਤੂੰ ਰੰਗ ਦੇਖ ਮਰਦਾਨੇ ਆ ਤੂੰ ਰੰਗ ਖੜ ਜਾਓ ਜਾਣ ਵਾਲਿਓ, ਅਸੀਂ ਤਾਂ ਉਹ ਆਦਮੀ ਆ ਮਾਰ ਕੇ ਖਤਮ ਕਰ ਦਿੰਦੇ ਆ, ਗੱਲਬਾਤ ਕਰ ਦਿੰਦੇ ਹਾਂ ਅਸੀਂ। ਗੁਰੂ ਨਾਨਕ ਦੇਵ ਮਹਾਰਾਜ ਜੀ ਮੁਸਕਰਾ ਕੇ ਕਹਿਣ ਲੱਗੇ, ਬਈ ਜਵਾਨੋ ਅਸੀਂ ਮਰਨ ਤੋਂ ਤਾਂ ਡਰਦੇ ਨਹੀਂ ਆ, ਮਾਰ ਦਿਓ ਸਾਨੂੰ ਮਤਾ ਮਾਲ ਮਤਾ ਵੀ ਸਾਡਾ ਖੋਹ ਲਿਓ, ਪਰ ਯੂ ਕਰੋ ਸਾਡੇ ਸਰੀਰਾਂ ਦਾ ਸੰਸਕਾਰ ਕਰ ਦਿਓ। ਸਾਹਮਣੇ ਇੱਕ ਸੇਵਾ ਮਚਦਾ ਸੀ ਸੇਵਾ, ਉਧਰ ਨੂੰ ਉਂਗਲੀ ਕਰਕੇ ਕਹਿੰਦੇ ਵੀ ਉੱਥੋਂ ਅੱਗ ਲੈ ਆਓ ਤੇ ਸਾਨੂੰ ਮਾਰ ਕੇ ਮਾਲ ਮਤਾ ਲੁੱਟ ਕੇ ਸਾਡਾ ਸੰਸਕਾਰ ਕਰ ਦਿਓ ਜਾਂ ਉੱਥੋਂ ਅੱਗ ਲੈ ਆਓ। ਕਹਿੰਦੇ ਸਾਨੂੰ ਕੀ ਲੋੜ ਅੱਗ ਲਿਆਉਣ ਦੀ, ਫਿਰ ਦੋ ਕਹਿੰਦੇ ਆਪਣੇ ਨਾਲ ਤਕੜੇ ਤਾਂ ਨਹੀਂ ਹਨ, ਦੋ ਅੱਗ ਲੈਣ ਚਲੇ ਗਏ, ਉਹਨਾਂ ਨੇ ਕੀ ਦੇਖਿਆ ਅੱਗੇ, ਉਹ ਜਿਹੜਾ ਮਰਿਆ ਹੋਇਆ ਬੰਦਾ ਨਾ ਦੋ ਫਰੀਕਾਂ ਦੀ ਆਪਸ ਵਿੱਚ ਹੀ ਕਸ਼ਮਕਸ਼ ਹੋ ਰਹੀ ਹੈ, ਦੇਵਗਣ ਜਮਗਣ, ਜਮਦੂਤ ਔਰ ਦੇਵਤੇ। ਜਮਦੂਤ ਦਾ ਕਹਿੰਦੇ ਪਾਪੀ ਹੈ, ਸਾਰੀ ਉਮਰੇ ਪਾਪ ਕਰਦਾ ਰਿਹਾ ਸੀ ਲਿਜਾਣਾ ਇਹਨੂੰ, ਉਹ ਜਿਹੜੇ ਦੇਵਤੇ ਸੀ ਕਹਿੰਦੇ ਠੀਕ ਆਇਆ ਤਾਂ ਇਹ ਪਾਪੀ ਹੋਈ, ਪਰ ਇਹਦੇ ਸਿਵੇ ਕੰਨੀ ਗੁਰੂ ਨਾਨਕ ਦੇਵ ਮਹਾਰਾਜ ਦੀ ਉਂਗਲੀ ਹੋ ਗਈ, ਇਹਦੇ ਸਾਰੇ ਪਾਪ ਮਾਫ ਹੋ ਗਏ, ਅਸੀਂ ਲਿਆਵਾਂਗੇ। ਜਦ ਉਹਨਾਂ ਸਿੱਧਾਂ ਦੇ ਮੁੰਡਿਆਂ ਨੇ, ਉਹ ਠੱਗਾਂ ਨੇ ਪੁੱਛਿਆ, ਸੁਣੀ ਇਹ ਗੱਲ, ਉਹਨਾਂ ਦਾ ਦਿਮਾਗ ਫਿਰ ਗਏ, ਪਛਾਣ ਨੂੰ ਭੱਜ ਲਏ, ਕਹਿੰਦੇ ਕੌਣ ਆ ਉਹ ਗੁਰੂ ਨਾਨਕ, ਕਹਿੰਦੇ ਉਹੀ ਹੈ ਜਿਹਨੂੰ ਤੁਸੀਂ ਮਾਰਨਾ। ਪੈਰੀ ਨਿੱਪੇ ਆ ਕੇ ਮਹਾਰਾਜ ਜੀ ਪਿੰਡ, ਚਲੋ ਅਸਟਾ ਭੁੱਲ ਗਏ, ਸਾਨੂੰ ਤਾਂ ਪਤਾ ਹੀ ਨਹੀਂ ਸੀ ਇਹ ਗੱਲ ਦਾ। ਖੈਰ ਮਹਾਰਾਜ ਜੀ ਨੂੰ ਪਿੰਡ ਲੈ ਗਏ ਗੁਰਮੁਖੋ, ਸਾਰਾ ਨਗਰ ਇਕੱਠਾ ਕਰ ਲਿਆ, ਉਹ ਕਹਿੰਦੇ ਪਾਪੀ ਉਹ ਮਾੜੇ ਭਾਗਾਂ ਵਾਲੇ ਆ, ਆਪਾਂ ਇਹਨਾਂ ਨੂੰ ਮਾਰਨ ਨੂੰ ਫਿਰਦੇ ਹਾਂ, ਇਹਨਾਂ ਦੀ ਕੁੰਗਲੀ ਦੇ ਸਾਰੇ ਪਾਪ ਮਾਫ ਹੋ ਗਏ ਉਸ ਪਾਪੀ ਦੇ, ਮਾਫੀਆਂ ਮੰਗਦੇ ਨੇ ਗੁਰਮੁਖ। ਮਹਾਰਾਜ ਕਹਿਣ ਲੱਗੇ ਵੀ ਗੁਰੂ ਤਾਂ ਬਖਸ਼ੰਦ ਹੈ, ਰਚੰਤ ਜੀ ਰਚਨਾ ਮਾਤ ਗਰਭ ਸਥਾਪਨ ਸਾਧ ਸਾਧ ਸਮਰੰਤ ਮਹਾਗੁਣਾ ਬਨਾਸਨ। ਪਤਾ ਤੁਹਾਨੂੰ ਗੰਦੇ ਕਤਰੇ ਤੋਂ ਤੁਹਾਡੀ ਪੈਦਾ ਹੋਈ ਹੈ ਮਾਤਾ ਦੇ ਉਦਰ ਦੇ ਵਿੱਚ, ਤੇ ਪੈਰ ਤੁਹਾਨੂੰ ਸਿਰ ਥੱਲੇ ਨੂੰ ਸੀ ਤੁਹਾਡਾ, ਤੁਸੀਂ ਪਰਮੇਸ਼ਰ ਦੇ ਅੱਗੇ ਪੁਕਾਰਾਂ ਕਰਦੇ ਸੀ, ਆਏ ਗਰੀਬ ਨਵਾਜ, ਆਏ ਪਰਮੇਸ਼ਰ ਸਾਨੂੰ ਆਏ ਅੱਗ ਦੇ ਵਿੱਚੋਂ ਬਚਾ, ਅਸੀਂ ਸਦਾ ਹੀ ਤੇਰਾ ਭਜਨ ਕਰਾਂਗੇ। ਉਹ ਯਾਦ ਆ ਤੁਹਾਡੇ ਕਹਿੰਦੇ, ਪੜੋ ਪ੍ਰੇਮ ਨਾਲ ਜਦੋਂ ਪੁੱਠਾ ਲੰਘਦਾ ਤਾਂ ਉਹ ਦਿਨ ਭੁੱਲ ਗਏ, ਉਹ ਦਿਨ ਭੁੱਲ ਗਏ, ਪੁੱਠਾ ਲੰਘਦਾ ਤਾਂ ਉਹ ਦਿਨ ਭੁੱਲ ਗਏ, ਉਹ ਦਿਨ ਭੁੱਲ ਗਏ।
ਹੱਥ ਬੰਨ ਕੇ ਬੇਨਤੀਆਂ ਕਰਦਾ ਸੀ ਵੀ ਮੈਨੂੰ ਇੱਥੋਂ ਕੱਢੋ, ਸਦੇ ਸਦਾ ਹੀ ਤੁਹਾਡਾ ਭਜਨ ਕਰਾਂਗਾ। ਤੁਸੀਂ ਲੱਕ ਬੰਨ ਲਿਆ ਲੋਕਾਂ ਨੂੰ ਮਾਰਨ ਤੇ ਲੁੱਟਣ ਤੇ। ਪਈਆ ਕੈਸੇ ਫਿਰ ਤੋਂ ਫੂਲਿਆ ਫੂਲਿਆ, ਜਬ ਦਸ ਮਾਸ ਮਾਤਾ ਉਧਰ ਰਹਿਤਾ, ਸੌ ਦਿਨ ਕੈਸੇ ਫੂਲਿਆ। ਹੁਣ ਫੁੱਲਿਆ ਫਿਰਦਾ ਮੈਂ ਮੈਜਿਸਟ੍ਰੇਟ ਬਣ ਗਿਆ, ਮੈਂ ਜੱਜ ਬਣ ਗਿਆ, ਮੈਂ ਬਨਲਾਨਾ ਬਣ ਗਿਆ, ਮੈਂ ਮਿਨਿਸਟਰ ਬਣ ਗਿਆ। ਯਾਦ ਹੈ ਤੇਰੇ ਉਹ ਜਾ ਥੱਲਾ ਪੁੱਠਿਆ ਲਮਕਦਾ ਸੀ, ਥੱਲੇ ਨੂੰ ਸਿਰ ਤਾਹਾਂ ਨੂੰ ਲੱਤਾਂ, ਖਾਧਾ ਪੀਤਾ ਸਾਰਾ ਤੇਰੇ ਉੱਤੋਂ ਦੀ ਲੱਗਦਾ ਸੀ। ਉਹ ਦਿਨ ਤੇਰੇ ਯਾਦ ਨਹੀਂ ਆ? ਹੁਣ ਚੌਧਰੀ ਬਣਿਆ ਬੈਠਾ ਕੁਰਸੀ ਤੇ, ਹੁਣ ਉਹ ਦਿਨ ਨਹੀਂ ਤੇਰੇ ਯਾਦ? ਨਹੀਂ ਭੁੱਲ ਗਏ ਗੁਰਮੁਖੋ? ਆਪਾਂ ਉੱਥੇ ਵਾਅਦੇ ਕਰੇ ਨੇ, ਆਪ ਭੁੱਲੇ ਹੋਏ ਹਾਂ। ਜਦ ਗਾਹਾਂ ਜਾਵਾਂਗੇ ਨਾ, ਫਿਰ ਆਪਾਂ ਨੂੰ ਪਤਾ ਲੱਗੂਗਾ ਵਹਿਦੇ ਭੁੱਲਣ ਦਾ ਨਾ। ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ, ਇਉਂ ਕਰੋ, ਤੁਹਾਨੂੰ ਗੁਰੂ ਤਾਂ ਬਖਸ਼ਾਂਦੇ ਹੀ ਹੈ, ਤੇ ਧਰਮਸਾਲ ਬਣਾਓ, ਦੋ ਟਾਈਮ ਕਥਾ ਕੀਰਤਨ ਕਰਾਇਆ ਕਰੋ। ਕਹਿੰਦੇ ਜੋ ਕਹੋਗੇ ਉਹੀ ਕਰਾਂਗੇ ਅਸੀਂ, ਬਸ ਚਰਨਾਮ੍ਰਿਤ ਲੈ ਲਿਆ ਮਹਾਰਾਜ ਜੀ ਤੋਂ, ਨਾਮ ਦੀ ਦਾਤ ਲੈ ਲਈ, ਭਜਨ ਬੰਦਗੀ ਕਰਨੀ ਸ਼ੁਰੂ ਕਰਤੀ, ਲੰਗਰ ਚਲਾ ਦਿੱਤਾ। ਗੁਰਮੁਖੋ ਕਿੱਥੇ ਠੱਗੀਆਂ ਕਰਦੇ ਸਨ, ਕਿੱਥੇ ਦੇਖੋ ਲੰਗਰ ਚੱਲ ਰਿਹਾ, ਪਰਮੇਸ਼ਵਰ ਦੀ ਬੰਦਗੀ ਕਰਦੇ ਨੇ। ਮਹਾਰਾਜ ਕਹਿੰਦੇ ਵੀ ਪਰਮੇਸ਼ਵਰ ਨੂੰ ਭੁੱਲਣਾ ਨਹੀਂ ਚਾਹੀਦਾ, ਬਾਤ ਆ ਕੇ ਉਹਨੂੰ ਮੈਂ ਪਰਤਪਾਲ ਕਰੇ। ਸੋ ਕਿਉਂ ਮਨੋ ਵਿਸਾਰੀਏ, ਮਨੋ ਕਿਉਂ ਵਿਸਾਰੀਏ, ਇਹ ਵੜਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸਨੂੰ ਕਿਉਂ ਪੋਹ ਨਾ ਸਕੇ ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਵੇ, ਗੁਰਮੁਖ ਸਦਾ ਸੰਭਾਲੀਏ। ਕਹੇ ਨਾਨਕ ਇਹ ਵੜਦਾਤਾ, ਸੋ ਕਿਉਂ ਮਨੋ ਵਿਸਾਰੀਏ, ਇਹੋ ਜਿਹਾ ਜਿਹੜਾ ਪਰਮੇਸ਼ਰ ਹੈ ਮਾਤਾ ਦੇ ਉਦਰ ਦੇ ਵਿੱਚ ਰਕਸ਼ਾ ਕਰਦਾ, ਉਹਨੂੰ ਵਿਸਾਰਨਾ ਨਹੀਂ ਚਾਹੀਦਾ। ਪੜੋ ਪ੍ਰੇਮ ਨਾਲ, ਜਿਹੜਾ ਮਾਤਾ ਦੇ ਦਾਤਾ ਬੋਲਿਓ ਠੱਗ ਸਨ, ਠੱਗੀ ਤੋਂ ਹਟਾ ਕੇ ਮਹਾਰਾਜ ਜੀ ਨੇ ਪਰਮੇਸ਼ਵਰ ਦੀ ਬੰਦਗੀ ਕਰਨ, ਸੋਹਣੀ ਜ਼ਿੰਦਗੀ ਬਸਰ ਕਰਕੇ। ਮਹਾਰਾਜ ਕਹਿਣ ਲੱਗੇ ਵੀ ਅਸੀਂ ਹੁਣ ਗਾਹਾਂ ਵੀ ਦੁਨੀਆਂ ਦਾ ਭਲਾ ਕਰਨਾ ਅੱਗੇ ਜਾਣਾ। ਬਾਲਾ ਮਰਦਾਨਾ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਪਿੰਡ ਨੂੰ ਪ੍ਰੇਮੀ ਜਾਣੀ ਸਿੱਖ ਬਣਾ ਕੇ ਉੱਥੋਂ ਫਿਰ ਅੱਗੇ ਚਲੇ ਗਏ ਗੁਰਮੁਖ। ਆਓ, ਅਬ ਤੋਂ ਟਾਈਮ ਹੋ ਗਿਆ, 10-15 ਮਿੰਟ ਅੱਗੇ ਤਾਂ ਲਿਖਾਏ ਨੇ, ਕਿਸੇ ਪ੍ਰੇਮੀ ਨੇ ਕਿਹਾ ਵੀ ਮਹਾਰਾਜ ਜੀ ਸੰਗਤ ਬਹੁਤ ਆਉਂਦੀ ਹੈ, ਵੀ ਸਾਡੀ ਸੰਪਰਦਾ ਦਾ ਤਾਂ ਇਹ ਅਸੂਲ ਆ, ਟਾਈਮ ਤੋਂ ਅੱਗੇ ਨਹੀਂ ਅਸੀਂ ਕਰਦੇ ਹੁੰਦੇ, ਨਾ ਬੜੇ ਮਹਾਰਾਜ ਜੀ ਜਾਂ ਅਸੀਂ ਜਾਂ ਲੁਧਿਆਣੇ ਮਹਾਰਾਜ ਵੇਲੇ ਅਸੀਂ ਦੇਖਿਆ, ਉੱਥੇ ਵੀ ਮਹਾਰਾਜ ਨੇ ਫਿਰ ਅੱਧਾ ਘੰਟਾ ਫਿਰ ਕਿਹਾ ਵੀ
ਵੀ ਸਾਡਾ ਅਸੂਲ ਤਾਂ ਹੈ ਨਹੀਂ, ਅਸੀਂ ਤਾਂ ਪ੍ਰੇਮੀਆਂ ਦੇ ਸੰਗਤ ਕਰਕੇ ਅੱਧਾ ਘੰਟਾ ਹੋਰ ਲਾ ਦਿੱਤਾ। ਔਰ ਟਾਈਮ ਪੂਰਾ ਹੋ ਗਿਆ, ਸਵੇਰੇ ਅਸੀਂ ਵੀ ਆਪਣੇ ਡੇਰੇ ਨੂੰ ਚਲੇ ਜਾਣਾ। ਉੱਧਰ ਵੀ ਟਾਈਮ ਦਿੱਤੇ ਨੇ, ਉੱਧਰ ਵੀ ਸੰਗਤਾਂ ਉਡੀਕਦੀਆਂ ਨੇ, ਇੱਥੇ ਆ ਕੇ ਪੁੱਛਦੇ ਨੇ ਹੋਰ ਤਾਂ ਨਹੀਂ ਗਾਹਾਂ ਟਾਈਮ ਦੇ ਤਾ ਕਿਤੇ, ਗਾਹਾਂ ਦਈਏ ਕਿੱਥੋਂ, ਹੈ ਹੀ ਨਹੀਂ ਟਾਈਮ ਦਈਏ ਤਾਂ ਜੇ ਹੋਵੇ। ਟਾਈਮ ਤਾਂ ਸਾਰਾ ਤੋਲਿਆ ਪੈ ਜਾਵੇ, ਕੰਡੇ 'ਤੇ ਭਾਰ ਤੋਲਿਆ ਹੁੰਦਾ। ਆਹ ਹੁਣ ਗੁਰੂ ਸਤੋਤਰ ਦੇ ਵਿੱਚ ਬੋਲਾਂਗੇ, ਫਿਰ ਅਰਦਾਸ ਦੇ ਵਿੱਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣਾਂਗੇ। ਆਪ ਆਪਣੀ ਫਾਇਲ ਤਿਆਰ ਹੋਈ ਆ, ਫਾਇਲ ਅਜੇ ਅਫਸਰ ਦੀ ਮੋਹਰ ਨਹੀਂ ਲੱਗੀ ਹੈ। ਆ ਜਿਹੜੇ ਉੱਠ ਕੇ ਤੁਰ ਪਏ ਨਾ, ਇਹ ਅਧੂਰੇ ਜਾਣਗੇ। ਆਪਾਂ ਗੁਰੂ ਸਾਹਿਬ ਦੀ ਮੋਹਰ ਲਵਾਉਣੀ ਆ, ਅੱਜ ਭਲਾ ਅੱਗੇ ਤਾਂ ਨਹੀਂ ਲਵਾਈ, ਚਲੋ ਅਖੀਰੀ ਆਪ ਤਾਂ ਲਵਾ ਲਈਏ ਨਾ, ਸਾਰੀ ਫਾਇਲ ਮਨਜ਼ੂਰ ਹੋ ਜਾਵੇਗੀ। ਆਓ ਹੁਕਮਨਾਮਾ ਸੁਣ ਕੇ ਜਾਣਾ ਚਾਹੀਦਾ। ਪਹਿਲਾਂ ਆਨੰਦ ਸਾਹਿਬ ਦਾ ਪਾਠ ਹੋਵੇਗਾ, ਦੇਗਾ ਹੀ ਹੈ ਸੱਜ ਕੇ ਗੁਰੂ ਦੀ ਹਜ਼ੂਰੀ, ਫੇਰ ਬਾਅਦ ਦੇ ਵਿੱਚ ਉਹ ਪੜਿਆ ਜਾਵੇਗਾ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ Thank you.
Thank you.